अस्सलाम वालेकुम नाज़रीन एंड हाज़रीन। नाज़रीन अज का ये ऐसा शो है जेड़ा मतलब साल डेढ़ साल हो गया मेरा शो चलदिया, अज बहुत एक अपनी नोइयत का वो आ शो है ऐसा जबरदस्त। लाहौर में एक शो किया फैसलाबाद अपने दोस्त लैके आवांगा फैसलाबाद का, लाहौर दा ना मुकाबला नहीं लैण लेकिन मजा लवांगे। मुकाबले वाली कोई गल नहीं पाए, हेलो मुकाबला कोई नहीं, ठीक है भी मेरे मेरी ज्यादा साइड जिहड़ी ना इहना ला इहना भरावां वाल। अज आपस यह फैसलाबाद तुहानू लैंग्वेज का स्टाइल मिलेगा वाह वाह वाला, यह तुहानू लाहौर का स्टाइल मिलेगा और बिल्कुल प्यार मोहब्बत। इस शो का मकसद यह है कि दोवें शहरों में मोहब्बत मतलब बननी चाहिए है, ये बाद ये नहीं कहना भी असी ये करता तो असी वो करता, तो मैं ज्यादा 80% इधर हाँ। ये ज्यादती है असी तुहाडे नाल आए हैं, ये होई भी नहीं। चलो तो वापसी बस चले जाना तुसी, प्रोग्राम शुरू करते हैं। चलो तुसी पहले ना आपस आप ही तारफ कराओ एक दूजे का माइक च। की नाम है तुहाडा भाई? माजिद साथ। नहीं नहीं दूसरा नहीं, वो नहीं मैं दस रहा। जिले शाह। जिले शाह। सिले शाह। गिले शाह। टिले शाह। इन्ना नु टिले शाह होना चाहिए सी, गिले शाह। अच्छा इहदा मुंह देखना तुसी जदों इह बोलेगा ना, इहदा सब 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 इहदा मुंह देखना। चल अभी देख लो किद्दां दा पेपर ना अथरू साफ कीते। लो जी फिक पौने का आगाज हो गया नाजरीन। जिले शाह भाई बैंक की कैश वाली गड्डी चलांदा सी ते विच मंडी दे भी फेरे लांदे आ, लखां रुपईयां दे उत्ते आलू वालियां बोरियां सुटियां। भाई यार रिचिंग जी चलांदे सी ते खलो के वादा की ला रहे नक खोल के कहंदा दमौरी वाले दमौरी वाले दमौरी वाले। लाहौर का जिला नाजम लग गया ते मनारे पाकिस्तान का छाड़ा सवादता कहंदा इत्थे रात नूं पा दिया करो। ਤੁਹਾਡਾ ਕੀ ਨਾਮ ਹੈ ਜੀ ਭਜਨ? ਫਟੇ ਮੂੰਹ ਜੀ ਸਰ ਤੁਹਾਡਾ ਕੀ ਨਾਮ ਹੈ ਭਜਨ? ਪੂਰਾ ਨਾਮ ਤੁਹਾਡਾ? ਮੇਰਾ ਨਾਮ ਜੇਜੇ ਭੱਟ। ਜੇਜੇ ਭੱਟ ਬਹੁਤ ਅੱਛਾ, ਇਹਨਾਂ ਦੇ ਵਾਲ ਵੇਖੋ ਇੱਕ ਸਾਈਡ ਦਾ ਨੇਫਾ ਟੁੰਗੇ ਆ, ਆਪਣਾ ਵੀ ਵੇਖ ਲਓ ਕਸਟਰ ਤੇ ਨਿੰਬੂ ਨੂੰ ਚੋੜੇ ਆ। ਹਾਂ ਹਾਂ ਬਹੁਤ ਅੱਛਾ। ਅੱਛਾ ਇਹਨਾਂ ਦੀ ਲੈਂਗੁਏਜ ਦਾ ਫਰਕ ਦੇਖੋ, ਉਹ ਕਹਿ ਰਹੇ ਉਹ ਕੱਢੀਏ ਲਾਹੌਰੀ ਸਟਾਈਲ 'ਚ, ਇਹਨਾਂ ਦੇ ਵਾਲ ਦੇਖੋ ਇੱਕ ਸਾਈਡ ਤੋਂ ਨੇਫਾ ਚੁੱਕਾ, ਆਪਣਾ ਵੀ ਦੇਖੋ ਕਿਹੜੇ ਨਿੰਬੂ ਨੂੰ ਚੋੜੇ ਆ। रेलवे स्टेशन नी बट नी बट, रेलवे स्टेशन वाले ने फट के बहुत कुटिया, पटरियां नी उत्ते जंप बनाया। जंग लगी ते फौजी हुंदा सी अगे अगे लड़न दे महाज ते सब तो अगे, एक डेढ़ बजे भुख लगी ते घर आ गया। ਬੱਟ ਨੂੰ ਇਹਦੀ ਮਸ਼ੂਕ ਨੇ ਫੋਨ ਕੀਤਾ ਕਿੱਥੇ ਆ, ਕਹਿੰਦਾ ਤੈਨੂੰ ਪਤਾ ਮੁਸੀਬਤਾਂ ਚ ਹੀ ਹੋਈਦਾ। ਆਪ ਵੀ ਨਾ ਵੈਲੰਟਾਈਨ 'ਤੇ ਨਾ ਵੈਲੰਟਾਈਨ ਡੇ 'ਤੇ ਨਾ ਆਪਣੀ ਅਸ਼ੋਕ ਨੂੰ ਲੋਕ ਫੁੱਲ ਦੇ ਰਹੇ ਨੇ, ਜਾ ਕੇ ਗੋਭੀ ਫੁੱਲ ਦੇ ਆ ਤੇ ਉਹਨੂੰ ਜਾ ਕਹਿੰਦਾ ਆਲੂ ਪੱਲੇ ਉਹ ਲੈ ਲਈ। ਅੱਛਾ ਤੁਸੀਂ ਦੋਵੇਂ ਸੇਮ ਟੂ ਸੇਮ ਲੱਗ ਰਹੇ ਨੇ ਭਾਈ, ਦੋ ਘੋੜਾ ਬੋਸਕੀ ਪਾ ਕੇ ਨਾ ਤਾਂ ਵਿਆਹ 'ਤੇ ਚਲਾ ਗਿਆ, ਦੋ ਘੋੜਾ ਬੋਸਕੀ ਪਾਈ ਹੈ ਅਤੇ ਘਰੋਂ ਫੋਨ ਆ ਗਿਆ ਭਰਾ ਲੜ ਪਏ ਤਾਂ ਉੱਥੇ ਕਰਨ ਡਿਆ। ਓਹੇ ਮੇਰੇ ਮੌਲਾ, ਓਹੇ ਮੇਰੇ ਮੌਲਾ। ਇਹਨਾਂ ਨੂੰ ਫੌਜ ਵਾਲੇ ਨੇ ਟੈਂਕ ਦੇ ਦਿੱਤਾ, ਕਹਿੰਦੇ ਟੈਂਕ 'ਚ ਲੈ ਲੈਂਦਾ ਵਾ ਚੈੱਕ ਕਰਾ ਜ਼ਰਾ, ਇਹਨੇ ਪਤਾ ਨਹੀਂ ਕਿਹੜਾ ਬਟਨ ਨਾ ਪਿਆ ਉਹ ਹੈਂਡਲ ਘੁੰਮ ਗਿਆ, ਉਤਲਾ ਮੇਜਰ ਦਾ ਸਿਰ ਪਾੜਤਾ। ਆ ਭਾਈ ਨੇ ਆਪਣਾ ਪੈਟਰੋਲ ਪੰਪ ਬਣਾਇਆ ਤੇ ਇਫਤਤਾਹ ਵਾਲੇ ਦਿਨ ਅਨਾਰ ਘੁਮਾਇਆ, ਪਹਿਲੇ ਦਿਨ ਹੀ ਸਾੜ ਲਿਆ ਸਾਰਾ। ਇਹ ਭਾਈ ਹਰੀ ਖੁਸਰੇ ਹੁੰਦੇ ਸੀ ਔਰ ਜੰਗ 'ਚ ਲੜਨ ਚਲੇ ਗਏ ਨੇ ਅਤੇ ਉੱਥੇ ਜਾ ਕੇ ਲੜਦੇ ਪਏ ਨੇ ਬੜੀ ਤਰ੍ਹਾਂ, ਉੱਥੇ ਲੜਦਾ ਵੀ ਐਂ ਕਰਕੇ ਨਾ ਖੁਸਰਾ ਟੈਪ ਹੈਗਾ ਇੰਜ ਨਾ ਵਰਦੀ ਵਾਲਾ ਉਹ ਪਾਇਆ ਅਤੇ ਵੱਡਾ ਤਾਂ ਲੜਦਾ ਵੀ ਐਂ ਗੜ 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 ਗੜ, ਇਹਨੇ ਵੇਖਿਆ ਸਾਰੇ ਫੌਜੀ ਮਰ ਗਏ ਨੇ ਅਤੇ ਨਾਲ ਦੇ ਤਾਂ ਖੂਨ ਫੜ ਕੇ ਮਲ ਗਏ ਅਤੇ ਉੱਥੇ ਲੇਟ ਗਏ। ਉਹ ਇੱਕ ਫੌਜੀ ਨੇ ਵੇਖ ਲਿਆ, ਉਹਨੇ ਕਿਹਾ ਹੈ ਕੀ, ਉਹਨੇ ਐਂ ਕਰਕੇ ਤੈਨੂੰ ਬੰਬ ਸੁੱਟੇ ਆ, ਬੰਬ ਕਿਧਰੇ ਪਰਾਂ ਜਾ ਕੇ ਫੱਟ ਕੇ ਤਾਂ ਉੱਠ ਕੇ ਕਹਿੰਦਾ ਹਾਏ ਹਾਏ ਨਹੀਂ ਵੱਜਿਆ। ਭੈਣ ਹੋਰੀ ਐਂ ਕਰਕੇ ਖੁਦਕਸ਼ ਧਮਾਕਾ ਕਰਨ ਜਾ ਰਹੇ ਤੇ ਬੰਦੇ ਨੇ ਕਿਹਾ ਭੈਣ ਟਾਈਮ ਕੀ ਹੋਇਆ ਤਾਂ ਬੰਬ ਵਾਲਾ ਦੱਸਦਾ, 7:30 ਹੋਏ ਨੇ। ਬੱਟ ਨੂੰ ਬੰਬ ਵਾਲੀ ਜੈਕਟ ਦਿੱਤੀ ਉਹਨਾਂ ਨੇ ਅਤੇ ਉਹਦੀ ਸ਼ਹਿਰੋਂ ਫਿਟਿੰਗ ਕਰਾਉਂਦੇ ਆ ਉਹਦੀ।
ਭਾਈ ਸ਼ਾਹ ਨੀ ਗੰਦਾ ਖਾਲਾ ਉਹ ਚ ਫਾਇਰਿੰਗ ਕਰਨ ਦਿਆ। ਮੈਂ ਕਿਹਾ ਇਹ ਕਰਨ ਦਿਆ, ਕਹਿੰਦਾ ਦੀ ਬੋ ਮਾਰਨ ਦਿਆ। ਪਿਆਰ ਤਾਂ ਐਡਾ ਬੁਰਾ ਭਾਈ, ਐਂ ਕਰਕੇ ਗੁਸ਼ਤ ਵਾਲੀ ਦੁਕਾਨ ਤੇ ਜਾਇਆ, ਕਹਿੰਦਾ ਅੱਧਾ ਕਿਲੋ ਕੀਮਾ ਦੇਣਾ ਤੇ ਸਿਰੀ ਬੋਲ ਪਈ ਇਹਨੂੰ ਉਧਾਰ ਨਾ ਦੇਣਾ। ਬਟ ਇੱਕ ਜਗ੍ਹਾ ਤੇ ਗੁੰਗਾ ਬਣ ਕੇ ਮੰਗਣ ਦਿਆ, ਇੱਕ ਬੰਦੇ ਨੇ 500 ਦੇ ਤਾਂ ਉਹਨੂੰ ਨਾਲ ਹੀ ਕਹਿੰਦਾ ਥੈਂਕ ਯੂ। ਪੀਸੀ ਉੜਲ ਗਿਆ ਇਹਦੇ ਅੱਗੇ ਲਿਆ ਕੇ, ਉਹਨਾਂ ਨੇ ਫਲ ਛਲ ਰੱਖੇ ਕੋਈ ਤਰੋਂਗਾ ਲਾਉਣ ਲੱਗ ਪਈ। ਆਹ ਭਾਈ ਕੋ ਫੋਨ ਟੁੱਟਾ ਮੋਬਾਈਲ ਰਪਟਾਂ ਚ ਆ ਰਹੀਆਂ ਤੇ ਸਿਮ 4G ਲੱਭਦਾ ਫਿਰ। ਇਹ ਬੜਾ ਘੱਟ ਬੋਲਦਾ ਹੁੰਦਾ ਸੀ, ਮੈਂ ਕਿਹਾ ਬੋਲਿਆ ਕਰ ਤੇ ਆਪਣੇ ਮਾਂ ਪਿਓ ਅੱਗੇ ਬੋਲਣ ਲੱਗ ਪਿਆ। ਇੰਨਾ ਘੱਟ ਬੋਲਦਾ ਸੀ, ਇੱਕ ਪਲਾ ਦੇ ਤੋਂ ਇੱਟ ਡਿੱਗ ਕੇ ਇੱਕ ਬੰਦੇ ਤੇ ਵੱਜਣ ਦੀ ਉਹ ਦੱਸਿਆ ਨਹੀਂ। ਫਾਂਸ ਨਾਲ ਇੰਨਾ ਪਿਆਰ ਏ, ਬਿਮਾਰ ਹੋਇਆ ਤੇ ਉਸ ਫਾਂਸ ਤੇ ਡਰਿਪ ਟੰਗੀ। ਬਟ ਤਾਂ ਆਪੂ ਬਿਮਾਰ ਹੋ ਗਿਆ, ਚੱਕ ਕੇ ਨਾ ਲੈਟ ਹਸਪਤਾਲ ਲੈ ਗਏ। ਇਹਦਾ ਆਪੂ ਕਹਿੰਦਾ ਮੈਨੂੰ ਲੈਟ 'ਚ ਨੀਂਦ ਨਹੀਂ ਆਉਂਦੀ ਤੇ ਚੱਕ ਕੇ ਸਿਵਲ 'ਚ ਲੈ ਆਏ। ਅੱਛਾ ਭੈਣ ਗੱਲ ਇਹ ਆ, ਹੁਣ ਸੱਚੀ ਮੁੱਚੀ ਨਾ ਜੁਗਤਾਂ ਸ਼ੁਰੂ ਕਰੀਏ, ਤੁਹਾਡੀ ਮਿਹਰਬਾਨੀ ਹੈ। ਮੈਨੂੰ ਹੁਣ ਨਾ ਗੁੱਸਾ ਚੜ੍ਹਨਾ ਸ਼ੁਰੂ ਹੋ ਗਿਆ। ਕਸਮੇ ਚਿੜੀਆ ਘਰ 'ਚ ਜਿਹੜਾ ਸਭ ਤੋਂ ਦੂਰ ਜਾ ਕੇ ਐਂਡ 'ਤੇ ਜਾਨਵਰ ਵੇਖਣ ਜਾਈਦਾ ਨਾ, ਉਹ ਤੇਰੇ ਵਰਗਾ ਹੁੰਦਾ। ਨੁੱਕਰ ਚੁੰਡਾ ਇੰਨੀ ਕੁ ਜਗ੍ਹਾ 'ਤੇ ਚਿੜੀਆ ਘਰ ਚਲ ਗਿਆ, ਉੱਥੇ ਸੂਜੀ ਮਰ ਗਈ ਅਤੇ ਉਹਦੀ ਵਰਦੀ ਪਾ ਲਈ ਕਿ ਮੈਂ ਬਣ ਕੇ ਖਲੋਨਾ ਅਤੇ ਸੁੰਡ 'ਚੋਂ ਹੱਥ ਲੰਘਾ ਕੇ ਲੋਕਾਂ ਕੋਲੋਂ ਪੈਸੇ ਫੜਨ ਦੇ ਇੱਕ ਬੰਦੇ ਦੇ ਨਹੁੰ ਮਾਰਤਾ ਛੱਡਿਆ ਗਿਆ। ਇਹਨੇ ਬਾਈ ਇੱਧਰਾਂ, ਅੱਛਾ ਉਹਨਾਂ ਨੇ ਕਿਹਾ ਵੀ ਸੁੰਡ 'ਚ ਕਿਹੜਾ ਨਹੁੰ ਹੁੰਦਾ, ਇੱਧਰਾਂ। ਅੱਛਾ ਫਿਰ ਇਹਨੇ ਆਪਣੇ ਕੰਨਾਂ 'ਤੇ ਗੇਟ ਲਵਾ ਲਿਆ, ਮੈਂ ਕੋ ਹੋਇਆ ਕੀ ਕਹਿੰਦਾ ਮੋਰੀ ਗੇਟ। ਹਾਂ ਚਿੜੀਆ ਘਰ ਚਲ ਗਿਆ ਤੇ ਉੱਥੇ ਕਹਿੰਦਾ ਓਏ ਉਹ ਵੇਖੋ ਸ਼ੇਰ, ਤੇ ਇਹਦੇ ਵੱਲ ਲੋਕੀ ਹੱਥ ਕਰ ਕਰਕੇ ਕਹਿੰਦੇ ਉਹ ਵੇਖੋ ਕੁੱਤਾ। ਕੁੱਤੇ ਦੀ ਪੂਛਲ ਕੱਟੀ ਉਹਨੂੰ ਵੇਖ, ਕਹਿੰਦਾ ਕਟਿੰਗ ਤੇ ਬੜੀ ਵਧੀਆ ਕਰਾਈ। ਇਹਨੇ ਬਸੰਤ ਆ ਪੀਓ ਯਾਰ, ਸ਼ਾਇਦ ਕੋ ਤੁਹਾਨੂੰ ਫਰਕ ਪਵੇ। ਇਹਨੇ ਬਸੰਤ ਵਾਸਤੇ ਇਹਦੇ ਮਿੱਠਾ ਤੇਜ਼ ਕਰ ਦੇਣਾ ਸੀ ਜ਼ਰਾ। ਲਓ ਜੀ ਹੁਣ ਬਕਾਇਦਾ ਪ੍ਰੋਗਰਾਮ ਸ਼ੁਰੂ ਕਰੋ ਯਾਰ, ਪਰ ਤੁਹਾਡੀ ਮਿਹਰਬਾਨੀ ਹੈ। ਸੁਬਾ ਸੁਬਾ ਜਦੋਂ ਮਿਸਤਰੀ ਕੰਮ ਤੇ ਆਉਂਦੇ ਨਾ ਤੇ ਇਹਦੇ ਮੂੰਹ ਵਰਗਾ ਇੱਕ ਟੰਗ ਦਿੰਦੇ ਕਿ ਲੈਵਲ ਸਿੱਧਾ ਰਵੇ। ਐਂ ਕਰਕੇ ਨਾ ਰਬੜ ਲੈ ਕੇ ਨਾ ਤੇ ਚਿੜੀਆ ਘਰ ਵੜ ਗਏ ਨੇ ਤੇ ਉੱਥੇ ਮਾਰ ਪੈ ਰਹੀ। ਮੈਂ ਕੀ ਹੋਇਆ, ਕਹਿੰਦਾ ਜ਼ੈਬਰੇ ਦੀਆਂ ਲਕੀਰਾਂ ਮਟਾਤੀਆਂ। ਤੈਨੂੰ ਸਾਦਾ ਹੀ ਕਰਤਾ ਭਾਈ ਸ਼ਾਹ ਨੀ, ਇੰਨੇ ਪੰਜੇ ਖਾਂਦੇ ਸੀ, ਇੰਨੇ ਪੰਜੇ ਖਾਂਦੇ ਸੀ, ਜੀਪਾਂ ਤੇ ਝੜੀਟਾਂ ਪਈਆਂ ਹੋਈਆਂ, ਲਾਦਾ ਫ੍ਰਿਜ 'ਚ ਜੁੱਤੀਆਂ ਰੱਖੀਆਂ। ਓਏ ਆ ਵੀ ਇੰਜ ਲੱਗਦਾ ਗੰਦ ਪਾਉਣ ਵਾਲਾ ਝਾੜੂ ਹੁੰਦਾ। ਕਹਿੰਦੀਆਂ ਨਾ ਬਚਪਨ 'ਚ ਤਿੰਨ ਉਂਗਲਾਂ ਜੁੜੀਆਂ ਸੀ ਸਕੂਲ ਟਾਈਮ ਨਾ, ਤਿੰਨ ਉਂਗਲਾਂ ਜੜੀਆਂ ਤੇ ਮੈਡਮ ਕੋ ਟੀਚਰ ਨੇ ਕਿਹਾ ਸਭ ਆਪਣੀ ਆਪਣੀ ਫਿੰਗਰੇ ਮੂੰਹ ਤੇ ਰੱਖ ਲੈਣੇ, ਰੱਖੇ ਰਸਾ ਬੰਦ ਹੋ ਗਈ। ਆਹੋ ਜਾਨੀ ਭਾਈ ਆ, ਪਹਿਲੇ ਟੀਰਾ ਹੁੰਦਾ ਸੀ ਤੇ ਹਰ ਹੋਟਲ ਤੋਂ ਮਾਰ ਖਾਧੀ ਜਾਂਦੇ। ਕਿਉਂ? ਜਿਹੜੀ ਆਪਣੀ ਚਾਹ 'ਚ ਫੂਕ ਮਾਰਦਾ ਸੀ ਨਾਲ ਦੀ ਠੰਡੀ ਕਰ ਦਿੰਦਾ ਸੀ। ਆ ਭਾਈ ਵੀ ਲਾਰੀ ਅੱਡੇ ਇੰਨਾ ਬਣ ਕੇ ਮੰਗਣ ਦਿਆ, ਇੱਕ ਤੇਜ਼ ਬੱਸ ਆਈ ਤੇ ਉੱਠ ਕੇ ਦੌੜ ਲਾ ਦੀ। ਦਾਨਿਸ਼ ਭਾਈ ਦੋ ਘੋੜਾ ਬੋਸਕੀ ਦਾ ਥਾਂ ਲਿਆ ਤੇ ਅੱਧੇ ਰੱਖਿਆ। ਮੈਂ ਕੀ ਕਹਿੰਦਾ ਦਲੱਤੀ ਨਾ ਮਾਰ ਦੇਵੇ, ਟਾਂਗੇ ਪਾਏ ਨੇ ਤੇ ਸਵਾਰੀ ਕੋਈ ਨੀ ਬਹਿ ਰਹੀ, ਅੱਗੇ ਦਰਿਆਈ ਘੋੜੇ ਬੰਨੇ। ਆ ਭਾਈ ਇੰਨਾ ਕਮਜ਼ੋਰ ਆ, ਡਾਕਟਰ ਕੋ ਗਿਆ, ਇਹਨੇ ਦਵਾਈ ਲਈ ਤੇ ਬਾਅਦ 'ਚ ਉਹਨੂੰ ਕਹਿੰਦਾ ਕੋਈ ਪਰਹੇਜ਼, ਉਹ ਕਹਿੰਦਾ ਤੂੰ ਜਿੰਨਾ ਕਮਜ਼ੋਰ ਆ ਤੂੰ ਸਗੋਂ ਖਾ, ਤੈਨੂੰ ਕਹਦਾ ਪਰਹੇਜ਼। ਗੂਗਲ ਮੈਪ 'ਚੋਂ ਜੰਨਤ ਦਾ ਨਕਸ਼ਾ ਕੱਢ ਕੇ ਤਾਂ ਰਕਸ਼ੇ ਵਾਲੇ ਨੂੰ ਕਹਿੰਦਾ ਯਾਰ ਚੱਲ ਇੱਧਰ ਨੂੰ, ਉਹ ਕਹਿੰਦਾ ਮੈਨੂੰ ਵੀ ਚੰਡਾ ਪਵਾਉਣੀ ਆ, ਤੇਰਾ ਨਹੀਂ ਇਹ ਰੂਟ ਬਣਦਾ। ਦਾਨਿਸ਼ ਭਾਈ ਵੀ ਸਾਡਾ ਕਮਜ਼ੋਰ ਹੈ, ਜਿਹਨਾਂ ਨੂੰ ਚਮੜਨ ਗਿਆ ਤੇ ਤਿਆਤਨ ਐਲਫੀ ਲੈ ਗਿਆ ਨਾਲ। ਆ ਭਾਈ ਇੰਨੀ ਬੈੜਾ ਲੈਣ ਚਲ ਗਿਆ ਈ ਤੇ ਬੈੜਾ ਲੈਣ ਚਲ ਗਿਆ, ਉਹਨੂੰ ਕਹਿੰਦਾ ਕਿੰਨੇ ਦਾ, ਕਹਿੰਦਾ 92,000 ਦਾ, ਕਹਿੰਦਾ ਕਾਪੀ ਲੈਟਰ ਜੈਨਮਨ। ਆ ਭਾਈ ਇੰਨਾ ਕਮਜ਼ੋਰ ਆ, ਬਲਕਿ ਸ਼ੀ ਕਮਜ਼ੋਰ ਆ, ਸ਼ੀ ਕਮਜ਼ੋਰ। ਬਟ ਨੀ ਬਟ ਮੈਨੂੰ ਕਹਿੰਦਾ ਐਰਗੀ 14 ਅਗਸਤ ਨਾ ਆਪਾਂ ਸੌਦੀਆ ਨਾ ਕਰਨੀ ਆ। ਤਾਂ ਮਹਿਰੂਮ ਤਬੀਅਤ ਦਾ ਬੰਦਾ ਵਾ, 5 ਰੁਪਏ ਦੀ ਗਚਕ ਲੈ ਲਈ, ਸਾਰੀ ਦਿਹਾੜੀ ਫਿਰਦਾ ਰਿਹਾ ਵੀ ਉੱਤੇ ਕੋਈ ਮੱਖੀ ਪਵੇ। ਐ ਵੀ ਬਟ ਤੇ ਫੈਸ਼ਨ ਹੈ, ਭਲੇ ਪੈਂਟ ਕੋਟ ਪਾਇਆ ਤੇ ਕੋਟ ਪੈਂਟ ਦੇ ਅੰਦਰ ਹੀ ਦਿੱਤਾ ਆਸੋ ਕੋਟ ਵੀ। ਆ ਸ਼ੇਖ ਸਾਹਿਬ ਨੇ ਗਿਟਾਰ ਵਾਲਾ ਬੈਗ ਪਾਇਆ ਪਿੱਛੇ, ਮੈਂ ਕਿਹਾ ਗਿਟਾਰ ਵਜਾਉਂਦਾ, ਉਹ ਕਹਿੰਦਾ ਨਹੀਂ ਇਹ 'ਚ ਤਾਂ ਸੁੱਕੀਆਂ ਰੋਟੀਆਂ। ਆਪ ਗੂੰਗਾ ਸੀ, ਨਾਨ ਛੋਲੇ ਖਾਣ ਬਹਿ ਗਿਆ ਤੇ ਤਰੀ ਮੁੱਕੀ ਤੇ ਉਹਦੇ ਕੋਲ ਤਰੀ ਕਿਵੇਂ ਮੰਗਦਾ ਪਿਆ, ਉਹ ਕਹਿੰਦਾ ਹਾਂ ਤਰੀ ਤਰੀ ਤਰੀ। ਮੋਟਰਸਾਈਕਲ ਵਾਲੀ ਦੁਕਾਨ 'ਤੇ ਲਵਾ ਤਾ ਤੇ ਇੱਕ ਭਾਈ ਆਇਆ, ਕਹਿੰਦਾ ਬ੍ਰੇਕ ਕਰ ਲੈਣਾ, ਕਹਿੰਦਾ ਹਾਂਜੀ। ਭਾਵੇਂ ਹੋਰੀ ਇਮਰਾਨ ਖਾਨ ਦੇ ਬੜੇ ਵੱਡੇ ਫੈਨ ਸਨ, ਇਮਰਾਨ ਖਾਨ ਦੇ। ਹਾਂ, ਉਹਨਾਂ ਜਲਸੇ 'ਚ ਗਏ ਨੇ ਤੇ ਉਹਨਾਂ ਭਾਂ ਜੀ ਇੰਝ ਵੇਖਿਆ ਇੱਕ ਬੰਦੇ ਨੇ ਸੋਨੇ ਦਾ ਬੈਟ ਬਣਵਾਇਆ, ਇਮਰਾਨ ਖਾਨ ਨੇ ਐਂ ਵੇਖਿਆ, ਉਹਨੇ ਕਿਹਾ ਯਾਰ ਸਟੇਜ 'ਤੇ ਆਇਆ, ਉਹਨੇ ਐਂ ਉਹਨੇ 5 ਲੱਖ ਦਾ ਚੈੱਕ ਦਿੱਤਾ, ਇਹਨਾਂ ਨੇ ਕਿਹਾ ਅੱਛਾ, ਅਤੇ ਗਰੀਬ ਸੀ ਬੜਾ, ਪੈਸੇ ਨਹੀਂ ਗਏ ਸੋਨੇ ਦੇ ਬੈਟ ਬਣਵਾਉਣ ਦੇ, ਅਤੇ ਪਲਾਸਟਿਕ ਦਾ ਬੈਟ ਲੈ ਕੇ ਉਹਨੂੰ ਬੇਸਣ ਲਾ ਕੇ ਤਲਾਇਆ। ਉਹ ਐਂ ਹੀ ਕਰਕੇ ਜਲਸੇ 'ਚ ਐਂਜ ਕੀਤਾ, ਇਮਰਾਨ ਖਾਨ ਨੇ ਕਿਹਾ ਕਮੋ ਨਹੀਂ ਘੋਰ ਫੈਨ, ਉਹ ਐਂ ਕਰਕੇ ਬੱਲਾ ਫੜਿਆ ਘਿਓ ਲੱਗ ਗਿਆ, ਅੱਧਾ ਬੱਲਾ ਖਾ ਗਿਆ ਜਲਸੇ 'ਚ। ਬਟ ਵੀ ਇਲੈਕਸ਼ਨ 'ਤੇ ਖਲੋ ਗਿਆ, ਕੋਈ ਬੈਨਰ ਕੋਈ ਫਲੈਕਸ ਨਹੀਂ। ਮੈਂ ਕਿਹਾ ਬਟ ਸਾਹਿਬ ਇਹ ਕੀ, ਕਹਿੰਦਾ ਮੈਂ ਸ਼ੋ ਨਹੀਂ ਹੋਣਾ ਚਾਹੁੰਦਾ। ਭਾਈ ਦਾ ਦਾਦਾ ਫੌਤ ਹੋ ਗਿਆ ਤੇ ਐਡਾ ਗਰੀਬ ਸੀ,
ਦਾਦੇ ਦਾ ਪੈਰ ਬਾਹਰ ਕੱਢ ਕੇ ਤੇ ਨਾਲ ਆਇਆ ਚਿੜੀਆ ਘਰ ਉੱਥੇ ਦੇਖਿਆ ਰਸ਼ ਬਹੁਤ ਆ ਤੇ ਜੰਗਲੇ ਥਾਣੀ ਆਪਣੀ ਬਿਲੀਅਡ ਅੰਦਰ ਟਪਾਉਂਦੇ ਆ ਕਿ ਮੈਂ ਕਾਰੋਬਾਰ ਦਸਵੀਂ ਚ ਐਡਮਿਸ਼ਨ ਲਿੱਤਾ ਭਾਵੇਂ ਉਹਨਾਂ ਦਾ 2500 ਰੁਪਏ ਦੀਆਂ ਕਿਤਾਬਾਂ ਲਿਆ ਕਰੰਟ ਵਾਲੀਆਂ ਚੁੱਕ ਲਿਆ ਸਾਰੀਆਂ ਪੱਟ ਵਗੈਰੇ ਬੰਦੇ ਨੂੰ ਪੱਟ ਵਗੈਰੇ ਬੰਦੇ ਨੂੰ ਥਾਣੇ ਵਾਲੇ ਪਰਚੇ ਚੋਂ ਵੀ 100 ਨੰਬਰ ਆ ਜਾਂਦੇ ਆਪ ਰੰਗ ਮਹਿਲ ਗਏ ਇੰਜ ਕਰਕੇ ਤੇ ਇੱਕ ਬੰਦੇ ਨੇ ਹਜੇ ਦੁਕਾਨ ਖੋਲੀ ਹੈ ਤੇ ਉਹਨੂੰ ਕਹਿੰਦਾ ਅਸਲਾਮ ਵਾਲੇਕੁਮ ਇਹ ਉਤਲੇ 2 ਥਾਂ ਲਾ ਦੇਣਾ ਉਹਨੇ ਲਾਏ ਤੇ ਆਪ ਤੁਰ ਪਿਆ ਕਹਿੰਦਾ ਲੈਣੇ ਨਹੀਂ ਕਹਿੰਦਾ ਨਹੀਂ ਉੱਤੇ ਵੱਧ ਲੱਗੇ ਆਹ ਭਾਈ ਨੇ ਗੰਦੇ ਖਾਲੇ ਦੇ ਕੋਲ ਨਾ ਖਲੋ ਕੇ ਰੋਣ ਡਿਆ ਮੈਂ ਕੀ ਹੋਇਆ ਕਹਿੰਦਾ ਮੈਨੂੰ ਯਾਰ ਭਰਾ ਦੀ ਬਹੁਤ ਯਾਦ ਆਉਂਦਾ ਜੀ ਮੈਂ ਕਿਹਾ ਗੰਦੇ ਖਾਲੇ ਕੋਲ ਖਲੋ ਕੇ ਕਹਿੰਦਾ ਯਾਰ ਉਹਦੇ ਕੋਲ ਵੀ ਏਦਾਂ ਦੀ ਬਹੁ ਆਉਂਦੀ ਸੀ ਆਹੋ ਇਹਦੇ ਭਰਾ ਨੂੰ ਭਾਈ ਮਾਰੀ ਜੀ ਸ਼ਾਟ ਪਈ ਤੇ 11 ਬਾਈ ਨੂੰ ਕਹਿੰਦਾ ਛੇਤੀ ਆਓ ਛੇਤੀ ਆਓ ਉਹ ਇੰਨੀ ਛੇਤੀ ਆਏ ਇਹਨੂੰ ਵੀ ਥੱਲੇ ਦੇ ਦਿੱਤਾ ਇਹ ਤੱਥਾ ਪਤਾ ਕਿਉਂ ਹੋਇਆ ਇਹ ਮਿੰਟੋ ਪਾਰਕ ਮੈਚ ਵੇਖਦਾ ਬਈ ਤੇ ਗਰਮ ਗਰਮ ਚਾਹ ਮੰਗਾ ਲਈ ਇਹਨੇ ਉਹ ਪੀ ਰਹੇ ਆ ਤੇ ਐਂ ਕਰਕੇ ਉਹ ਕ੍ਰਿਕਟਰ ਨੇ ਐਂ ਕਰਕੇ ਛਿੱਕਾ ਮਾਰਾ ਤੇ ਛਿੱਕੇ ਦੇ ਨਾਲ ਚਾਹ ਵੀ ਉੱਤੇ ਲਈ ਜਾ ਰਹੀ ਤੱਥਾ ਹੋ ਗਿਆ ਮੈਨੂੰ ਉਰਦੂ ਬੋਲਣ ਦਾ ਬੜਾ ਸ਼ੌਕ ਸੀ ਅੱਛਾ ਹਾਂ ਬੜਾ ਉਰਦੂ ਬੋਲਣ ਦਾ ਸ਼ੌਕ ਤੇ ਆਪਣੇ ਹੁਣ ਦੋਸਤ ਨੂੰ ਫੋਨ ਕਰ ਰਿਹਾ ਕਹਿੰਦਾ ਯਾਰ ਮੈਂ ਇੱਕ ਗਾਓਂ ਗਿਆ ਵਹਾਂ ਇਤਨਾ ਗੱਟਾ ਉੜ ਕੇ ਮੇਰੇ ਬਰਵੱਟੋ ਮੇ ਪੜ ਗਿਆ ਸਰ ਐਡੇ ਗਰੀਬ ਸਨ 10 ਰੁਪਏ ਕਿਤੋਂ ਰਸੇ ਲਵੇ ਤੇ ਦੁੱਧ ਲਿਆ ਕੇ ਗਲਾਸ ਚ ਪਾ ਕੇ ਫ੍ਰਿਜ ਚ ਰੱਖਿਆ ਤੇ ਵਿੱਚ ਕਰੰਟ ਛੱਡਿਆ ਕੋ ਪੀ ਨਾ ਲਵੇ ਇੰਨਾ ਗਰੀਬ ਸੀ ਆਹ ਦੁੱਧ ਚ ਆਪ ਸਪਾਈਡਰਮੈਨ ਬਣਨ ਦਾ ਬੜਾ ਸ਼ੌਕ ਸੀ ਤੇ ਸਹੀ ਜਾਲੇ ਲਾ ਕੇ ਲਾਏ ਨੇ ਆਪਣੇ ਦਾਨਿਸ਼ ਭਾਈ ਐਡਾ ਗਰੀਬ ਸੀ ਕਹਿੰਦਾ ਸੀ ਐਡੇ ਗਰੀਬ ਹੁੰਦੇ ਸਾਂ ਘਰ ਚੋਰ ਆਉਂਦਾ ਸੀ ਨਾ ਤੇ ਕੁਛ ਨਹੀਂ ਸੀ ਹੁੰਦਾ ਮਾਂ ਭੌਂਕਣਾ ਉਹਨਾਂ ਦਾ ਸਹੀ ਗੱਲ ਆ ਪੱਟ ਘਰ ਭਾਈ ਫੁੱਲ ਭੁੱਖ ਨੱਚਣ ਦਈ ਤੇ ਬਾਹਰ ਕੈਮਰੇ ਲਵਾਏ ਯਾਰ ਇਹਦੀ ਨੈਸ਼ ਦੀ ਗੱਲ ਕਹਿੰਦੀ ਸੀ ਕਹਿੰਦਾ ਘਰ ਭੁੱਖਾ ਤੇ ਬਾਹਰ ਕੈਮਰੇ ਲਾਏ ਸਕਿਉਰਟੀ ਵੀ ਕੀ ਲੈ ਕੇ ਜਾਣਾ ਉਹਨਾਂ ਨੇ ਮਿਸਤਰੀ ਨੂੰ ਸ਼ੇਖ ਸਾਹਿਬ ਕਹਿੰਦੇ ਕਹਿੰਦਾ ਯਾਰ ਗਰਾਜ ਬਣਾਉਣਾ ਕਹਿੰਦਾ ਕਿਉਂ ਸ਼ੇਖ ਸਾਹਿਬ ਕੂੜੇ ਵਾਲੀ ਗੱਡੀ ਘਰ ਲੈ ਆਇਆ ਕਰਨੀ ਉਰਦੂ ਬਾਜ਼ਾਰੋਂ ਗੁੱਟ ਪੈ ਗਈ ਉੱਥੇ ਜਾ ਕੇ ਇੰਗਲਿਸ਼ ਬੋਲੀ ਜਾ ਰਹੀ ਬੱਟ ਨੇ ਆਪਣੇ ਵਿਆਹ ਤੇ ਸਾਰੇ ਛੋਟੇ ਕੱਦ ਵਾਲੇ ਖੁਸਰੇ ਬੁਲਾਏ ਮੈਂ ਕਿਹਾ ਇਹ ਕਦ ਬੁਲਾਏ ਕਹਿੰਦਾ ਇਹਨਾਂ ਕੋਲ ਉੱਚੀ ਵੇਲ ਦੇਰ ਨਾਲ ਫੜੀ ਜਾਏਗੀ ਬੱਟ ਦਾ ਵਿਆਹ ਮੈਨੂੰ ਕਹਿੰਦਾ ਕੀ ਕਰਾਂ ਹੁਣ ਮੈਂ ਕਿਹਾ ਘੁੰਡ ਝੁੱਕ ਕਹਿੰਦਾ ਉਹਦਾ ਮੋਬਾਈਲ ਨਾ ਚੱਕ ਲਾ ਬਾਦ ਭਾਈ ਦੇ ਵਿਆਹ ਦੇ ਉਹਨਾਂ ਹਾਰ ਪਾਇਆ ਤੇ ਐਂ ਕੁਬਾ ਹੋਇਆ ਠੀਪਿਆਂ ਵਾਲਾ ਹਾਰ ਪਵਾਤਾ ਐਂ ਬਦਲ ਇਹਦਾ ਵੀ ਵਿਆਹ ਭਾਈ ਐਂ ਕਰਕੇ ਬਰਾਤ ਜਾਣ ਦੇਈ ਤੇ ਇੱਕ ਜਗ੍ਹਾ ਤੇ ਫੁੱਲ ਇਹਨੂੰ ਪਿਆਸ ਲੱਗ ਗਈ ਤੇ ਹਾਰ ਨਾਲ ਉਹ ਪੈਸੇ ਤੋੜ ਕੇ ਬੋਤਲ ਪੀ ਅੱਛਾ ਲੋਕਾਂ ਦੀ ਬਰਾਤ ਘੋੜੀਆਂ ਤੇ ਜਾਂਦੀ ਆ ਦਾਨਿਸ਼ ਭਾਈ ਦੀ ਬਰਾਤ ਕਲੀ ਕਰਨ ਲਈ ਘੋੜੀ ਤੇ ਜਾ ਰਹੀ ਆ ਬੱਟ ਕਹਿੰਦਾ ਜਿਹੜੇ ਵੀ ਦਰਬਾਰ ਤੇ ਲੰਗਰ ਹੋਵੇ ਮੈਨੂੰ ਸਭ ਤੋਂ ਪਹਿਲੇ ਪਤਾ ਚੱਲਦਾ ਮੈਂ ਕਿਹਾ ਕਿਉਂ ਕਹਿੰਦਾ ਮੈਂ ਦਰਬਾਰ ਸਬਸਕ੍ਰਾਈਬ ਕੀਤਾ ਆ ਬੱਟ ਗੱਲੇ ਨੂੰ ਨੀਲਾ ਰੰਗ ਕਰਕੇ ਕਹੀ ਜਾਵੇ ਇਹ ਮੇਰਾ ਯਾਨੀ ਮਸਜਿਦ ਦੇ ਗੱਲੇ ਦੇ ਰੰਗ ਕਰਕੇ ਨਿਸ਼ਾਨੀ ਲਾਈ ਕੇ ਮੇਰਾ ਇਹ ਤੇ ਇਹਨਾਂ ਦੇ ਵਾਲਾ ਸਾਹਿਬ ਜੁਮਾ ਪੜਨ ਗਏ ਤੇ ਮੌਲਵੀ ਫੁੱਲ ਜੋਸ਼ੋ ਖਰੋਸ਼ ਨਾਲ ਨਾ ਬਿਆਨ ਕਰਨ ਦਿਆ ਤੇ ਆਪਣੇ ਆਪ ਨੂੰ ਕਹਿੰਦਾ ਆ ਤੇਰਾ ਕਰਕੇ ਖਿਜਿਆ ਹੀ ਕਹਿੰਦਾ ਯਾਰ ਵੈਸੇ ਮੇਰੇ ਹਿਸਾਬ ਨਾਲ ਨਾ ਸ਼ੇਖ ਸਾਹਿਬ ਅਸੀਂ ਨਾ ਬ੍ਰੇਕ ਤੋਂ ਬਾਅਦ ਬੰਦੇ ਮਿਕਸ ਕਰ ਲੈਂਦੇ ਹਾਂ ਪਤਾ ਨਹੀਂ ਕੀ ਗੱਲ ਆ ਆਹ ਵੀ ਕੈਸਾ ਮਤਲਬ ਬੰਦ ਹੋਇਆ ਪਿਆ ਹੈਂ ਦੁਬਾਰਾ ਨਾ ਜ਼ਰਾ ਇਹਨਾਂ ਨੂੰ ਥੋੜ੍ਹਾ ਝਾੜ ਕੇ ਨਾ ਜਿਵੇਂ ਸ਼ੈਲ ਲਾ ਕੇ ਝਾੜ ਕੇ ਨਹੀਂ ਦੁਬਾਰਾ ਲਾਈ ਦੀ ਉਂਝ ਕਰਦੇ ਹਾਂ ਨਹੀਂ ਬੱਟ ਤਾਂ ਵੈਸੇ ਹੀ ਮੈਂ ਬੱਟ ਦੇ ਸਟਾਈਲ ਦਾ ਹੀ ਫੈਨ ਹਾਂ ਬੱਟ ਜੁਗਤ ਮਾਰ ਕੇ ਐਡਾ ਸੀਰੀਅਸ ਮੂੰਹ ਬਣਾ ਓਏ ਲੰਗਰ ਆ ਗਿਆ ਨਾਦਰੀਨ ਮੈਂ ਬ੍ਰੇਕ ਲੈਣ ਲੱਗਾ ਬ੍ਰੇਕ ਤੋਂ ਬਾਅਦ ਦੁਬਾਰਾ ਆਉਂਦੇ ਹਾਂ ਉਰੇ ਲਿਆ ਵੈਲਕਮ ਬੈਕ ਨਾਦਰੀਨ ਪ੍ਰੋਗਰਾਮ ਹੈ ਦੁਬਾਰਾ ਖੁਸ਼ ਆਮਦੀਦ ਯਾਰ ਮੈਨੂੰ ਸਿਰਫ ਇਹਦਾ ਮਜ਼ਾ ਆ ਰਿਹਾ ਅਤੇ ਬੱਟ ਦਾ ਮਜ਼ਾ ਆ ਰਿਹਾ ਮੈਂ ਤੁਹਾਨੂੰ ਸਹੀ ਦੱਸਾਂ ਯਾਰ ਸ਼ੇਖ ਸਾਹਿਬ ਦਾ ਮਜ਼ਾ ਥੋੜ੍ਹਾ ਥੋੜ੍ਹਾ ਆ ਰਿਹਾ ਤੇਰਾ ਮੈਨੂੰ ਬਹੁਤ ਮਜ਼ਾ ਆ ਰਿਹਾ ਯਕੀਨ ਕਰ ਸਭ ਤੋਂ ਜ਼ਿਆਦਾ ਮੈਨੂੰ ਤੇਰਾ ਆ ਰਿਹਾ ਅਤੇ ਤੇਰਾ ਆ ਰਿਹਾ ਤੁਸੀਂ ਦੋਵੇਂ ਅੱਛੇ ਦੋਸਤ ਬਣ ਜਾਓ ਗਹਿਰੇ ਮੈਂ ਮਜ਼ਾਕ ਨਹੀਂ ਕਰਦਾ ਜੀਣਾ ਮਰਨਾ ਇਕੱਠਾ ਕਰ ਲਓ ਆਪਣਾ ਬੱਟ ਕਹਿੰਦਾ ਦੇਖੀ ਅਗਲੇ ਮਹੀਨੇ 'ਚ ਤੇਰੇ ਭਰਾ ਕੋਲ ਵੱਡੇ ਹੀ ਨੋਟ ਹੋਣੇ ਆ ਉਹ ਮੈਂ ਦੇਖਿਆ ਤਾਂ ਉਹ ਜਿਹੜੇ ਬੰਦ ਨਹੀਂ ਹੋ ਗਏ ਉਹ ਲਈ ਐਡੇ ਗਰੀਬ ਨੇ ਇਹਨਾਂ ਦੇ ਮੈਂ ਘਰ ਗਿਆ ਤੇ ਐਡਾ ਪੁਰਾਣਾ ਹਟਾਚੀ ਦਾ ਟੀ ਵੀ ਪਿਆ ਐਂ ਕਰਕੇ ਫੋਨ ਕੀਤਾ ਨਵਾਜ਼ ਸ਼ਰੀਫ ਸਾਹਿਬ ਖਿਤਾਬ ਕਰਨ ਆਇਆ ਐਡੇ ਐਡੇ ਵੱਡੇ ਵਾਲ ਉਹਨਾਂ
ਉਹ ਨੈਸ਼ ਅਮਾ ਬੱਟ ਸਾਹਿਬ ਦੇ ਘਰ ਗਏ ਤੇ ਇਹਨਾਂ ਦੇ ਘਰ ਦਰਵਾਜ਼ੇ ਵਾਲਾ ਟੀਵੀ ਪਿਆ ਉਹ ਮੈਂ ਕਿਹਾ ਤੁਸੀਂ ਹਲੇ ਵੀ ਦਰਵਾਜ਼ੇ ਵਾਲਾ ਟੀਵੀ ਰੱਖਿਆ ਉਹ ਕਹਿੰਦਾ ਯਾਰ ਅਦਾਕਾਰ ਸਾਡੀਆਂ ਸਿਗਟਾਂ ਚੁੱਕ ਲੈਂਦੇ ਉੱਤੇ ਪਈਆਂ ਤੁਸੀਂ ਵੀ ਤੇ ਜ਼ਲੀਲ ਸੇਠੀ ਬਣੇ ਹੀ ਹੋ ਉੱਤੋਂ ਤੁਸੀਂ ਆ ਨੁਕਸਾਨ ਹਾਸ਼ਮੀ ਵੀ ਨਾਲ ਲੈ ਇੱਧਰ ਵੀ ਮਾਸ਼ਾ ਅੱਲਾ ਅਤਰ ਲੋਧੀ ਦਾ ਵੱਡਾ ਮੁੰਡਾ ਨਬੀਲ ਗੋਦੀ ਬੈਠਾ ਦੇਖ ਲਓ ਬੱਟ ਨੂੰ ਵੀ ਨਾਲ ਲੈ ਵੱਖਰੇ ਫਨੀ ਦੇਵਰ ਲੱਗਣ ਦਿਆ ਮੈਨੂੰ ਬੱਟ ਨਹੀਂ ਤੂੰ ਮੈਨੂੰ ਖੁਦਾਗਵਾ ਫਿਲਮ ਦਾ ਸੈਡ ਹੀ ਆ ਲੱਗਣ ਤੂੰ ਹੀ ਨਾਲ ਮਗੈਂਬੋ ਖੁਸ਼ ਹੋਆ ਬਾਇਆ ਦਾਨਿਸ਼ ਬੜਾ ਵੱਡਾ ਮਿਊਜ਼ਿਕ ਡਾਇਰੈਕਟਰ ਹੈ ਮੈਂ ਕਿਹਾ ਕੀ ਕੀਤਾ ਜੀ ਕਹਿੰਦਾ ਮਾਲਸ਼ੀਆਂ ਨੂੰ ਉਹ ਦੱਸਿਆ ਚਣਾ ਚਣ ਚਣ ਰਿਦਮ ਬੱਟ ਨੀ ਇਹਨੂੰ ਬੈਂਕ 'ਚ ਲਵਾ ਤਾ ਉਹਨਾਂ ਨੇ ਚੰਗਾ ਕੁੱਟਿਆ ਉੱਥੇ ਗਾਣਾ ਗਾਉਂਦੇ ਅੱਗ ਨੋਟਾਂ ਨੂੰ ਲਾ ਦੇ ਦਾਦਾ ਸਾਹਿਬ ਮੇਲੇ ਦੀ ਚੱਦਰ ਨਿਕਲੀ ਹੈ ਅਤੇ ਅੱਗੇ ਧਮਾਲਾ ਪਾਈ ਜਾ ਰਿਹਾ ਪਾਈ ਜਾ ਰਿਹਾ ਪਾਈ ਜਾ ਰਿਹਾ ਧਮਾਲਾ ਪਾਉਂਦੇ ਪਾਉਂਦੇ ਪਤਾ ਨਹੀਂ ਕੀ ਸੂਜੀ ਤਾਂ ਜੁੱਤੀ ਲਾ ਕੇ ਤਾਂ ਕਹਿੰਦਾ ਆਹ ਪੀਕਲੀ ਪਾਈਏ ਪੀਕਲੀ ਪਾਉਣ ਲਾ ਮੈਂ ਢੋਲਾਂ ਲਏ ਉਹ ਚਲੇ ਗਏ ਬਾਅਦ ਜੁੱਤੀ ਲਾ ਫਿਰ ਮੇਰੀ ਬੱਟ ਦੀ ਵੀ ਚੌਂਕ 'ਚ ਲੜਾਈ ਹੋ ਪਈ ਸੱਤੋਂ ਅੱਠੋਂ ਜਾਣੇ ਕੁੱਟ ਖਾ ਕਹਿੰਦੇ ਇਹ ਸਭ ਮੇਰੀ ਮਾਂ ਕੀ ਦੁਆ ਹੈ ਬੱਟ ਨੇ ਕੈਰੀ ਡੱਬਾ ਲੈ ਲਿਆ ਅਤੇ ਉਹਦੇ 'ਤੇ ਲਿਖਾ ਲਿਆ ਮਾਂ ਕੀ ਦੁਆ ਉਹ ਰੋਜ਼ਾਨਾ ਵੱਜ ਜਿਹਾ ਕਰੇ ਅਤੇ ਪਿੱਛੇ ਫਿਰ ਸਹੀ ਕਰਾ ਕੇ ਲਿਖਾ ਲਿਆ ਮਤਰੇਈ ਮਾਂ ਕੀ ਦੁਆ ਬੜਾ ਵੱਡਾ ਛੇ ਹੋਇਆ ਆਪਣੇ ਘਰ ਦੀ ਫਰਿੱਜ ਖੋਲ ਰਹੇ ਅਤੇ ਵਿੱਚੋਂ ਫਰਿੱਜ ਬੋਲ ਰਹੀ ਵਿੱਚ ਕੁਛ ਰੱਖ ਵੀ ਲਿਆ ਕਰੋ ਮੈਂ ਇਹਨਾਂ ਦੇ ਘਰ ਗਿਆ ਮੈਂ ਇਹਨਾਂ ਦਾ ਬੈਠਕ ਦਾ ਬੂਹਾ ਖੋਲਿਆ ਅਤੇ ਅੱਗੇ ਗਿਆ ਅੱਗੇ ਮੈਂ ਫਰਿੱਜ ਦਾ ਬੂਹਾ ਖੋਲਿਆ ਅਤੇ ਅੱਗੇ ਪੈਲੀਆਂ ਸ਼ੁਰੂ ਹੋ ਗਈਆਂ ਉਹ ਬੇਟੇ ਉਹ ਮਰ ਬੱਟ ਨੂੰ ਚਿਰਾਗ ਬਾਵਾ ਲੱਭਾ ਬਲਕਿ ਚਿਰਾਗ ਨਹੀਂ ਬਾਵਾ ਅਤੇ ਬਾਵਾ ਨਿਕਲ ਕੇ ਕਹਿੰਦਾ ਹੁਕਮ ਮੇਰੇ ਆਕਾ ਬੱਟ ਕਹਿੰਦਾ ਮੈਨੂੰ ਵਾਹਵਾ ਹੀ ਦੌਲਤ ਦੇ ਦੇ ਇਹਦੇ ਕੋਲ ਭਾਈ ਖੁੱਲ੍ਹਾ ਰੁਪਈਆ ਆ ਗਿਆ ਅਤੇ ਇਹਨੂੰ ਬਾਵਾ ਕਹਿੰਦਾ ਹੁਕਮ ਮੇਰੇ ਆਕਾ ਕਹਿੰਦਾ ਇਹਦੇ ਕੋਲ ਲੇਲਾ ਫਿਰ ਗਰੀਬ ਇਹ ਦਾਨਸ ਜੰਗਲ 'ਚ ਢੋਲਕੀ ਦੀ ਰਿਹਰਸਲ ਕਰਨ ਡਿਆ ਅਤੇ ਇੰਨੀ ਕੁ ਢੋਲਕੀ ਵੀ ਜੇ ਜਿੰਨਾ ਅਦਰ ਹੋ ਗਿਆ ਕਿਆ ਹੁਕਮ ਹੈ ਮੇਰੇ ਆਕਾ ਕਹਿੰਦਾ ਸਾਹਮਣੇ ਬਹਿ ਜਾ ਬਾ ਮੈਨੂੰ ਵੇਲਾਂ ਕਰਾਈ ਜਾ ਇਹੋ ਜਿਹੇ ਬੰਦੇ ਕੁਲਚੇ ਲੈ ਕੇ ਅਤੇ ਨਾਸ਼ਤਾ ਬਿਲੀਅਰ ਦੇ ਪਾਵੇ ਨਾ ਬਹਿ ਕਰ ਰਹੇ ਹੁੰਦੇ ਫਲ ਫਰੂਟ ਵਾਲੀ ਦੁਕਾਨ 'ਤੇ ਚਲ ਗਿਆ ਦੋ ਕਿਲੋ ਅਮਰੂਦ ਲੈ ਲਏ ਦੋ ਦਰਜਨ ਕੇਲੇ ਲੈ ਲਏ ਕਹਿੰਦਾ ਹੋਰ ਕਹਿੰਦਾ ਥੋੜ੍ਹਾ ਜਿਹਾ ਧਨੀਆ ਪਾ ਦੇ ਨਿਜ਼ਾਮ ਘਰ 'ਚ ਸਵਾਲ ਹੋਇਆ ਕਿ ਯਜ਼ੀਦ ਨੇ ਵੀ ਕੋਈ ਕਿਲਾ ਫਤਿਹ ਕੀਤਾ ਤਾਂ ਕਹਿੰਦਾ ਕਿਲਾ ਲਛਮਣ ਸਿੰਘ ਨਹੀਂ 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 ਆ ਬੱਟ ਏਅਰਪੋਰਟ 'ਤੇ ਫਿਰਨ ਦਿਆ ਮੈਂ ਕਿਹਾ ਬੱਟ ਕਿੱਧਰ ਕਹਿੰਦਾ ਯਾਰ ਮਿਸਰ ਚੱਲਾਂ ਫਰੋਨ ਦੇ ਉਰਸ 'ਤੇ ਬੱਟ ਨੂੰ ਮੈਂ ਬੈਂਕ 'ਚ ਲਵਾ ਤਾ ਭਾਈ ਉਹਨਾਂ ਨੇ ਇਹਨੂੰ ਕੱਢਤਾ ਉੱਥੇ ਸਾਰੀ ਦਿਹਾੜੀ ਗਾਣਾ ਸੁਣਦਾ ਰਹਿੰਦਾ ਸੀ ਬੁੱਕਲ ਦੇ ਵਿੱਚ ਚੋਰ ਨਹੀਂ ਹਰੀਏ ਉਹਨਾਂ ਨੇ ਕਿਹਾ ਇਹ ਸ਼ਕਲੋ ਹੀ ਚੋਰ ਜਿਹਾ ਲੱਗਦਾ ਇਹਨੂੰ ਕੱਢ ਦੇ ਬਸ ਪਹਿਲੀ ਵਾਰੀ ਚਾਈਨੀਜ਼ ਗਿਆ ਤਾਂ ਨਾ ਭੁੱਲ ਗਿਆ ਉਹਨੂੰ ਕਹਿਣ ਡਿਆ ਕੀ ਗਾਣਾ ਕਹਿੰਦੇ ਚੰਨ ਜੰਜਰ ਦੇ ਦਿਓ ਚੰਨ ਮੇਰੇ ਜੰਜਰਾ ਆਹ ਭਾਈ ਵੀ ਚਾਈਨਾ 'ਚੋਂ ਵਾਪਸ ਆਇਆ ਏਅਰ ਹੋਸਟਲ ਕਹਿੰਦੀ ਆਹ ਪਾਕਿਸਤਾਨ ਪਹੁੰਚ ਚੁੱਕੇ ਹੈ ਅਤੇ ਪਿੱਛੋਂ ਉੱਠ ਕੇ ਕਹਿੰਦੇ ਆ ਲਾ ਕੇ ਆਹ ਮੈਨੂੰ ਛੋਟੇ ਗੋਸ਼ ਦੀ ਦੁਕਾਨ ਕਰਾਈ ਅਤੇ ਇੱਕ ਬੰਦਾ ਆਇਆ ਕਹਿੰਦਾ ਅੱਧਾ ਕਿਲੋ ਹੱਥਾਂ ਕੀਮਾ ਕਰਨਾ ਅਤੇ ਆਪਣੇ ਹੱਥ ਦਾ ਕਰ ਦਿੱਤਾ ਉਹਦਾ ਦਿਲ ਘੱਟ ਗਿਆ ਅਤੇ ਉਹਨੂੰ ਕਹਿ ਰਿਹਾ ਨੋਹ ਪਾਣੇ ਕਿ ਲਾ ਦਵਾਂ ਨੋਹ ਪਾਣੇ ਕਿ ਲਾ ਦਵਾਂ ਬੱਟ ਨੇ ਵੀ ਭਾਈ ਗੋਸ਼ ਦਾ ਸਦਕਾ ਦਿੱਤਾ ਆਪਣੇ ਬੂਹੇ ਅੱਗੇ ਖਲੋ ਕੇ ਆਇਆ ਇਹਨੇ ਸਿਰ ਤੋਂ ਵਾਰ ਕੇ ਅਤੇ ਆਪਣੇ ਘਰ ਵੱਲ ਹੀ ਸੁੱਟਤਾ ਘਰ ਹੀ ਰਹਿ ਜੇ ਘਰ ਇੰਨਾ ਖਾਣ ਆ ਭੂਣ 'ਤੇ ਝੂਟੇ ਲਏ ਹੁੰਦੇ ਆ ਪਲਾਸ ਨਾਲ ਕੇਲਾ ਛਿੱਲਿਆ ਹੁੰਦਾ ਚੌਂਸਾ ਆਲੂ ਹੁੰਦਾ ਜੀ ਦੁਹਾਣੇ ਦੀ ਫਾੜੀ ਕੱਢ ਕੇ ਦਰਾਜ ਬਣਾਇਆ ਹੁੰਦਾ ਜੀ ਇਹਨਾਂ ਨੇ ਜ਼ਿਲ੍ਹੇ ਸ਼ਾਹ ਹੁਣਾਂ ਨੇ ਕੁੱਤਾ ਰੱਖ ਲਿਆ ਤਾਂ ਬੜਾ ਪਰੇਸ਼ਾਨ ਬੈਠਾ ਮੈਂ ਕਿਹਾ ਇੰਨਾ ਪਰੇਸ਼ਾਨ ਕਿਉਂ ਮੈਂ ਨਹੀਂ ਤੈਨੂੰ ਰੱਖਿਆ ਕਹਿੰਦਾ ਯਾਰ ਕੁੱਤੇ ਨੂੰ ਦੁੱਧ ਦਿੰਦੇ ਆ ਮੈਨੂੰ ਸੁਬਾਹ ਵਾਲੀ ਚਾਹ ਸ਼ਾਮ ਨੂੰ ਗਰਮ ਕਰਕੇ ਦਿੰਦੇ ਲੈ ਜੀ ਨਾਜ਼ਰੀਨ ਹਮਨੇ ਖਾਣਾ ਖਾ ਲਿਆ ਹਮਨੇ ਨਾ ਡਾਫਾ ਡਾਫਾ ਕਰ ਲਿਆ ਸਾਰਾ ਸਭਸੇ ਬਹੁਤਾ ਇਸਨੇ ਖਾਇਆ ਦੋ ਦੋ ਹੱਥੀ ਔਰ ਇਹ ਸਾਲ ਮੇਂ ਜੇ ਤਮੂੜੀਏ ਵੀ ਕਿਤਨੀ ਖਾ ਗਿਆ ਹੈ ਬਲਕਿ ਤਮੂੜੀਏ ਉੱਪਰ ਕਸਮ ਜੁਗਾ ਲਾ ਜਾਨੀ ਭਾਈ ਨੇ ਦੋ ਪਲੇਟਾਂ ਖਾਧੀ ਜੇ ਮੇਰੇ ਸਾਹਮਣੇ ਬੱਟ ਦੀ ਵੀ ਖਾ ਗਿਆ ਜੇ ਮੂੰਹ ਤੋਂ ਹੱਲੇ ਵੀ ਲੱਗਣ ਦਿਆ ਜਿੱਦਾਂ ਰੱਜ ਕੇ ਭੁੱਖ ਕੱਟੀ ਦਾ ਮੂੰਹ ਵੇਖ ਲਓ ਐਫ 16 ਹੀ ਕਿੰਨੋਂ ਲਾਏ ਯਾਰ ਇਹਦਾ ਕੈਸਾ ਲੋਰੀ ਸਟਾਈਲ ਆ ਐਫ 16 ਕਿੰਨੋਂ ਲਾਏ ਹੁੰਦੇ ਹੈਗੇ ਨੇ ਆ ਇੱਕ ਫੋਤਗੀ ਤੇ ਜ਼ਿਲ੍ਹੇ ਸ਼ਾਹ ਚਲੇ ਗਿਆ ਫੋਤਗੀ ਤੇ ਉੱਥੇ ਗੱਲਾਂ ਕਰਨ ਦੇ ਕਹਿੰਦੇ ਕਿੰਨਾ ਰੂਪ ਚੜਿਆ ਕਹਿੰਦਾ ਲੱਗਦਾ ਫਿਸ਼ਲ ਕਰਨ ਦਾ ਮਰਿਆ ਆਪ ਨਾਰਗਲੀ ਜਾ ਕਹਿੰਦਾ ਫੁੱਲ ਟੈਟ ਫੁੱਲ ਟੈਟ ਫੁੱਲ ਟੈਟ ਪੈਣਾ ਲੱਤਾਂ ਨੇ ਪੱਟੀ ਲਵੇੜਦੀ ਐਸ ਟੈਟ ਨਹੀਂ ਗਈ ਸਾਡੇ ਐਵੇਂ ਦੋਸਤਾਂ ਨੂੰ ਗੱਲ ਸੁਣਾਉਂਦਿਆ ਕਹਿੰਦਾ ਯਾਦਗਾਰ ਤੈਨੂੰ ਪਤਾ ਕਦੋਂ ਬਣਿਆ ਮੈਂ ਕਿਹਾ ਕਦੋਂ ਕਹਿੰਦਾ ਉਦੋਂ ਲਾਮਾ ਇਕਬਾਲ ਸਾਹਿਬ ਦੀ ਕਮੇਟੀ ਨਿਕਲੀ KFC ਤੋਂ ਉਹਨੇ ਫੋਨ ਕੀਤਾ ਉਹਨਾਂ ਨੂੰ ਕਹਿੰਦਾ ਚਿਕਨ ਹੈ ਉਹ ਕਹਿੰਦੇ ਹੈ ਕਹਿੰਦਾ ਗੱਲ ਕਰਾਓ ਮੇਰੀ ਅੱਛਾ ਇਹੋ ਜਿਹੇ ਬੰਦੇ ਤਾਂ ਨਾ ਲੈ ਗੱਲ ਕਰਾਓ ਮੇਰੀ
ਇਹਨੇ ਕੁੱਤਾ ਰੱਖ ਲਿਆ ਤੇ ਕੁੱਤਾ ਇਹਨੂੰ ਕਹਿਣ ਦਿਆ ਸਾਜੀ ਕੁਛ ਖਵਾ ਹੀ ਦੋ ਯਾਰ ਕੀ ਨੈਸ਼ ਕਸਰ ਆ ਬੱਟ ਐਡਾ ਦੋਸਤਾਂ ਨੂੰ ਗੱਲ ਸੁਣਾਉਂਦਾ ਕਹਿੰਦਾ ਤਾਉਲਾ ਜ਼ਾਤ ਆ ਆਪ ਤਾਉਲਾ ਜ਼ਾਤ ਆ ਕਹਿੰਦਾ ਕੁਆਲੀਆਂ ਲੈਣ ਪਿੱਛੇ ਤਾੜੀਆਂ ਮਾਰਨ ਦਾ ਹੱਥ ਆ ਹੱਥਾਂ ਨੇ ਪਟਾਸ ਲਾ ਕੇ ਚਲਾ ਗਿਆ ਅੱਛਾ ਅੱਛਾ ਬੱਟ ਵੀ ਉਹਨੇ ਕਿੱਦਾਂ ਓਏ ਨਹੀਂ ਨਹੀਂ ਆਵਾਜ਼ ਦੁਬਾਰਾ ਕਿੱਦਾਂ ਤਬੂਮ ਲੈ ਤਬੂਮ ਬੱਟ ਵੀ ਖਾਨ ਸਾਹਿਬ ਹੁੰਦਾ ਸੀ ਭਾਈ ਖਬਰਾਂ ਪੜ੍ਹਨ ਲੱਗ ਪਿਆ ਤੇ ਇੱਕ ਦਿਨ ਫੁੱਲ ਬੈਗ ਪਾਇਆ ਚੱਲਾਂ ਮੈਂ ਕਿਹਾ ਬੱਟ ਕਿੱਥੇ ਚੱਲਾਂ ਕਹਿੰਦਾ ਮੈਂ ਖਬਰਾਂ ਗਾਉਣ ਚੱਲਾਂ ਬੱਟ ਨੂੰ ਨਾ ਕੋਈ ਮਰਾਸੀ ਚਿੰਨ ਚੰਬੜ ਗਿਆ ਤੇ ਪੈਸੇ ਨਹੀਂ ਹੈਗੇ ਮੌਲਵੀ ਕੋ ਜਾਣ ਲਈ ਤੇ ਠੰਡੇ ਪੈਣ ਨਾ ਰਿਹਾ ਭੈਣ ਉਹਦੀ ਖੁਸ ਰਹੇ ਸਨ ਤੇ ਫੜੇ ਗਏ ਨੇ ਤੇ ਪੁਲਿਸ ਵਾਲੇ ਕਹਿੰਦਾ ਉਹ ਪਾਨ ਲੰਮਿਆ ਪਾਨ ਪਾਂਜਾ ਤੇ ਉੱਥੇ ਕਹਿੰਦਾ ਹੱਥ ਨਾ ਵੀ ਲਾਉਣਾ ਮੈਨੂੰ ਮੈਂ ਉਸਾਮਾ ਬਿਨ ਉਹ ਡਰੇ ਦੇਖੋ ਕਹਿੰਦਾ ਤਾ ਦਿਨ ਸਾਮਾ ਬਿਨ ਤਾ ਦਿਨ ਆ ਭਾਈ ਨੂੰ ਵੀ ਪੁਲਿਸ ਫੜਨ ਆਈ ਉਹਨਾਂ ਕੋਲ ਹੱਥ ਕਰੀ ਨਾ ਸੀ ਆ ਇਹਨੂੰ ਬੋਰੇ 'ਚ ਪਾ ਕੇ ਲੈ ਗਏ ਮਰੇ ਬਿੱਲੀ ਫੜੀ ਉਹਨਾਂ ਨੇ ਬਟ ਸੀ ਪਿੰਡ ਦਾ ਚੌਧਰੀ ਪੰਚਾਇਤ 'ਚ ਬੈਠਾ ਇੱਕੋ ਇੱਕ ਮੁੱਢੀ ਆ ਗਈ ਕਹਿੰਦੀ ਚੋਰੀ ਸਾਹਿਬ ਮੇਰੇ ਘਰ ਆਟਾ ਮੁੱਕਿਆ ਕਹਿੰਦਾ ਲਿਆ ਪੈਸੇ ਮੈਂ ਲਿਆ ਦਿੰਦਾ ਆ ਬੱਟ ਮੈਂ ਇੱਕ ਬੰਦੇ ਨੂੰ ਕਿਹਾ 5000 ਰੁਪਏ ਦੀ ਚੇਂਜ ਆਇਆ ਉਹ ਕਹਿੰਦਾ ਹਾਂ ਕਹਿੰਦਾ ਬੜੀ ਗੱਲ ਹੈ ਯਾਰ ਇੱਕ ਵਿਆਹ ਤੇ ਗਏ ਨੇ ਤੇ ਇਹ ਕਿਹੜੀ ਜੁਗਤ ਸੀ ਇੱਕ ਵਿਆਹ ਤੇ ਗਏ ਨੇ ਦਾਨਿਸ਼ ਭਾਈ ਤੇ ਉੱਥੇ ਐਂ ਕਰਕੇ ਨਾ ਖਾਣਾ ਖੁਣਾ ਖਾ ਲਤਾ ਤੇ ਬੋਟੀਆਂ ਫਸੀਆਂ ਨਾਲ ਦੇ ਨੂੰ ਕਹਿੰਦਾ ਯਾਰ ਤੀਲੀ ਹੈਗੀ ਉਹ ਕਹਿੰਦਾ ਨਹੀਂ ਲੈਟਰ ਹੈਗਾ ਤੇ ਬੋਟੀਆਂ ਸਾੜ ਲਿੱਤੀਆਂ ਬੱਟ ਦਾ ਭਾਈ ਵਿਆਹ ਫੁੱਲ ਕੁੱਲਾ ਪਾਇਆ ਤੇ ਇੱਥੋਂ ਤਰੀ ਚੌਂ ਦਈ ਮੈਂ ਕੁੱਲਾ ਚੁੱਕ ਕੇ ਵੇਖਿਆ ਤੇ ਉੱਤੇ ਪੱਟ ਲੁਕੋਇਆ ਦਾਨਿਸ਼ ਭਾਈ ਨੇ ਨਾ ਦੋ ਤਿੰਨ ਦੰਦ ਕਾਲੇ ਕਰ ਲਏ ਤੇ ਬਾਕੀ ਥੱਲੇ ਚਿੱਟੋ ਤੇ ਐਂਗਰ ਵਜਾਉਂਦਾ ਵੇ ਪਿਆਨੋ ਬਣਾਈ ਪਿਆਨੋ ਬਣਾ ਲਈ ਦੋ ਕਾਲੇ ਤਾਂ ਬੱਟ ਨੇ ਭਾਈ ਸ਼ੇਰ ਲੈਣ ਦਾ ਉਹਨੂੰ ਇੰਨਾ ਭੁੱਖਾ ਰੱਖਿਆ ਇੰਨਾ ਰੱਖਿਆ ਉਹ 13 ਕੁ ਦਿਨਾਂ ਬਾਅਦ ਕੁੱਤਾ ਲੱਗਣ ਦਿਆ ਸ਼ੇਰ ਕੇਲੇ ਖਵਾ ਦਿਆ ਸ਼ੇਰ ਨੂੰ ਚਿੜੀਆ ਘਰ ਡਿਊਟੀ ਲੱਗ ਕੇ ਸ਼ੇਰਾਂ ਨੂੰ ਗੋਸ਼ ਪਾਉਣਾ ਤੇ ਉਹਨਾਂ ਨੂੰ ਭੁੰਨ ਕੇ ਚਾਰ ਗੋਸ਼ ਪਾਇਆ ਸ਼ੇਰ ਖਾ ਨਹੀਂ ਰਿਹਾ ਕੋ ਕਰੇ ਨਾਨ ਲਿਆ ਨਾਨ ਲਿਆ ਆ ਸ਼ੇਖ ਸਾਹਿਬ ਚਿੜੀਆ ਘਰ ਫਿਰਨ ਤੁਰਨ ਚਲੇ ਗਏ ਉਹ ਮੁੜ ਕੇ ਇਹਨੂੰ ਨਿਕਲਣ ਹੀ ਨਾ ਦੇਣ ਕਿਉਂ ਜਾਨਵਰ ਹੀ ਸੀ ਸ਼ੇਖ ਦਾ ਰਿਐਕਟ ਨਹੀਂ ਤੂੰ ਚੈੱਕ ਕਰ ਰਿਹਾ ਜੁਗਤ ਤੋਂ ਬਾਅਦ ਉਹ ਬਹੁਤ ਮਜ਼ੇਦਾਰ ਦਾ ਜੀ ਆ ਕਰੀ ਜ਼ਰਾ ਜੁਗਤ ਸ਼ੇਖ ਦਾ ਵਾਲਾ ਕਿੱਦਾਂ ਮੂੰਹ ਕਰਦਾ ਵੇਖੀ ਮੈਂ ਇਹਦਾ ਮੈਂ ਸ਼ੇਖ ਆ ਮੈਨੂੰ ਕਰ ਆ ਸ਼ੇਖ ਚਿੜੀਆ ਘਰ ਚਲੇ ਗਿਆ ਤੇ ਉਹ ਸ਼ਾਮ ਨੂੰ ਇਹਨੂੰ ਨਿਕਲਣ ਹੀ ਨਾ ਦੇਣ ਹਾਂਜੀ ਬਸ ਭਾਈ ਚਿੜੀਆ ਘਰ ਬਾਂਦਰ ਦੇਖਣ ਗਿਆ ਉਹ ਕਹਿੰਦੇ ਬਹਿ ਜਾ ਬਾਂਦਰ ਤੈਨੂੰ ਦੇਖਣ ਮਠਿਆਈ ਦੀ ਦੁਕਾਨ ਹੁੰਦੀ ਸੀ ਤੇ ਵਿਕਦੀ ਨਹੀਂ ਸੀ ਉਹ ਪਈ ਪਈ ਇੰਨੀ ਸਖਤ ਹੋ ਗਈ ਇੱਕ ਬੰਦੇ ਨਾਲ ਇਹਦੀ ਲੜਾਈ ਹੋਈ ਇਹਨੇ ਉਹਦੇ ਲੱਡੂ ਮਾਰਿਆ ਨਾਲੇ ਉਹਦਾ ਸਿਰ ਪਾੜ ਕੇ ਨਾਲੇ ਉਹਨੂੰ ਸ਼ੂਗਰ ਹੋ ਗਈ ਸੁਣ ਲਾ ਭੈਣ ਉਹਨੇ ਮਠਿਆਈ ਦੀ ਦੁਕਾਨ ਕੀਤੀ ਤੇ ਮੈਂ ਕਿਹਾ ਨਾਂ ਬੜਾ ਮਸ਼ਹੂਰ ਰੱਖਣਾ ਦਾਨਿਸ਼ ਭਾਈ ਨੇ ਤੇ ਨਾਂ ਕੀ ਰੱਖਿਆ ਖੁਸਾ ਸਵੀਟਸ ਉੱਥੇ ਤਾਰਫ ਕਿਵੇਂ ਹੋ ਰਿਹਾ ਭਾਵੇਂ ਲੱਡੂ ਖਾ ਕੇ ਦੱਸੋ ਸਾਇਜ਼ ਪੂਰਾ ਉਦੋਂ ਪੇਠੇ ਦੀ ਪਾਲਿਸ਼ ਮੰਗਣ ਦੇ ਆ ਉਹਨਾਂ ਕੋਲ ਓਏ 9 ਨੰਬਰ ਜੂਬਰੀ ਜਲੇਬੀ ਛੁੱਟੋਏ ਲੱਜੂ ਤੁਹਾਡਾ ਰਸਗੁੱਲਾ ਇੱਕ ਨੰਬਰ ਵੱਡਾ ਪਾਕਿਸਤਾਨੀ ਟੀਮ 'ਚ ਬੋਲਰ ਹੁੰਦਾ ਸੀਗਾ ਪਹਿਲਾਂ ਬਾਲ ਕਰਾ ਕੇ ਇਸ਼ਾਰੇ ਕਰਨ ਦਿਆ ਜੂਸ ਕਲੋ ਲੈ ਕਰਾ ਦੇ ਲਿਆ ਓਵਰ ਪਹਿਲੇ ਲਾਹੌਰ ਆਉਣਾ ਸੀ ਲੈਣ ਗੱਡੀ 'ਚ ਬਹਿ ਗਏ ਅਤੇ ਨਾਲ ਇੱਕ ਨਾਈ ਬੈਠਾ ਕਹਿੰਦਾ ਯਾਰ ਆ 100 ਰੁਪਇਆ ਲੈ ਲਾ ਜਦੋਂ ਸਟੇਸ਼ਨ ਆਏਗਾ ਨਾ ਮੈਨੂੰ ਜਗਾ ਦੇ ਉਹਨੇ ਲੈ ਲਿਆ ਸੋ ਗਏ ਕਹਿੰਦਾ ਯਾਰ ਇਹਨਾਂ ਦਾ ਮੈਂ 100 ਰੁਪਇਆ ਲਿਆ ਕੋਈ ਖਿਦਮਤ ਕਰ ਦੇਵਾਂ ਇਹਨੇ ਸ਼ੇਵ ਕਰਤੀ ਸੁੱਤੇ ਪਏ ਦੀ ਸਟੇਸ਼ਨ ਆਇਆ ਠਾ ਕੇ ਉਹ ਚਲ ਗਏ ਅਤੇ ਵਾਸ਼ਰੂਮ 'ਚ ਗਏ ਜਾ ਕਹਿੰਦਾ ਫਟਾਫਟ ਬਾਹਰ ਆ ਗਏ ਓਏ 100 ਰੁਪਇਆ ਮੈਂ ਦਿੱਤਾ ਜਗਾ ਕਿਸੇ ਹੋਰ ਨੂੰ ਗਿਆ ਕਹਿੰਦਾ ਆ ਭਾਈ ਨੂੰ ਕਿਸੇ ਨੇ ਕਿਹਾ ਯਾਰ ਮੈਨੂੰ ਭੁੱਖ ਲੱਗੀ ਨਾਂ ਨਹੀਂ ਲਿਆ ਦੇ ਅਤੇ ਉਹਨੂੰ ਨਾਨ ਚਾਕੂ ਲਿਆ ਕੇ ਦੇ ਦਿੰਦੇ ਯਾਰ ਇੱਕ ਫੋਤਗੀ ਤਾਂ ਗਏ ਨੇ ਅਬਾਸ ਭਾਈ ਅਤੇ ਐਂ ਕਰਕੇ ਨਾ ਉਹਨਾਂ ਕਿਹਾ ਚਿਹਰਾ ਵੇਖ ਲਓ ਤੇ ਅੱਗੇ ਹੋਏ ਐਂ ਕਰਕੇ ਤਾਂ ਕੰਜ ਦਰਦ ਹੋਈ ਤਾਂ ਨੱਕ 'ਚ ਰੂੰ ਕੱਢ ਕੇ ਕੰਜ ਲਾ ਲਿੱਤਾ ਆ ਬੱਟ ਇੱਕ ਫੋਤਗੀ ਤਾਂ ਗਿਆ ਅਤੇ ਨਾਲ ਮਠਿਆਈ ਦਾ ਡੱਬਾ ਲੈ ਗਿਆ ਉਹ ਕਹਿੰਦੇ ਤੂੰ ਲਾਸ਼ ਦਾ ਸ਼ਗੀਰਦ ਲਾਸ਼ ਦਾ ਨੱਕ ਵੇਖੋ ਜਾਨੀ ਭਾਈ ਧੋਤੀ ਦੀ ਗੰਢ ਹੁੰਦੀ ਬਸ ਕਰ ਦਿਓ ਵੱਖਰੇ ਹੀ ਨਜ਼ਾਕਤ ਜ਼ਹਿਰ ਬਣ ਗਏ ਉਹ ਨਜ਼ਾਕਤ ਜ਼ਹਿਰ ਸ਼ੇਖ ਸਾਹਿਬ ਨੂੰ ਇੰਗਲਿਸ਼ ਬੋਲਣ ਦਾ ਬੜਾ ਸ਼ੌਕ ਸੀ ਤੇ ਆਉਂਦੀ ਨਹੀਂ ਸੀ ਹੁੰਦੀ ਇੱਕ ਬੰਦੇ ਨੇ ਕਿਹਾ ਥੈਂਕਸ ਉਹਨੂੰ ਕਹਿੰਦਾ ਮਾਈਂਡ ਯੋਰ ਲੈਂਗੁਏਜ ਫੁੱਲ ਲੱਠੇ ਦਾ ਸੂਟ ਪਾਇਆ ਸੁਬਾ ਸੁਬਾ ਮੈਂ ਕਿਹਾ ਕਿਤੇ ਚੱਲਾਂ ਆ ਕਹਿੰਦਾ ਨਹੀਂ ਮੈਂ ਸੌਂ ਲੱਗਾ ਯਾਰ ਕੌਣ ਭਾਵੇਂ ਉਹਨੇ ਨਵੀਂ ਸ਼ਲਵਾਰ ਕਮੀਜ਼ ਪਾਈ ਤੇ ਚਿਕੜੋ ਚਿਕੜੀ ਹੋਇਆ ਮੈਂ ਕੀ ਹੋਇਆ ਚਿਕੜ ਚਨੇ ਖਾ ਬੈਠਾ ਯਾਰ ਲੈ ਉਹ ਜਿਹੜੇ ਅਮੀਰ ਬੰਦੇ ਨੇ ਨਾਈਟ ਡਰੈਸ ਰਾਤ ਨੂੰ ਪਾਉਂਦੇ ਉਹ ਪੁੱਠਾ ਪਾਇਆ ਉੱਧਰ ਨੂੰ ਮੂੰਹ ਕਰਕੇ ਦਾਨਿਸ਼ ਦੀ ਇੱਕ ਲੱਤ ਵੱਡੀ ਛੋਟੀ ਸੀ ਦਰਜੀ ਨੂੰ ਆਪਣਾ ਨਾਪ ਕੀ ਦੇ ਕੇ ਇੱਕ ਪਹੁੰਚਾ ਟੁੰਗਿਆ
ਦਰਜ਼ੀ ਨੂੰ ਨਾਪ ਦੇਣ ਲੱਗੇ ਤੇ ਉਹ ਕਬਰਾਂ ਵਾਲੇ ਕਾਨੇ ਨਾਲ ਨਾਪ ਲੈਂਦੇ ਆ ਇਹਦਾ। ਨਾਦਰੀਆਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਆ। ਨਾਦਰੀ ਵੈਲਕਮ ਬੈਕ ਪ੍ਰੋਗਰਾਮ 'ਚ ਦੁਬਾਰਾ ਖੁਸ਼ ਆਮਦੀਦ। ਭਾਈ ਇੱਕ ਗੱਲ ਆ ਤੁਹਾਡੀ ਮਿਹਰਬਾਨੀ, ਮੈਂ ਕਹਿੰਦਾ ਸ਼ਾਇਦ ਬਰਕਤ ਪੈ ਜੇ, ਤੁਸੀਂ ਨਾ ਇੱਧਰ ਇੱਧਰ ਆ ਜਾਓ ਇੱਕ ਇੱਕ ਕਰੈਕਟਰ ਵਿੱਚੋਂ। ਯਾਰ ਮੈਂ ਕੰਮ ਦੱਸਾਂ ਵੈਸੇ ਸਹੀ, ਇਹ ਤੇ ਬੱਟ ਸਾਹਿਬ ਇੱਕ ਸਾਈਡ ਤੇ ਤੁਸੀਂ ਸਾਰੇ ਇੱਕ ਸਾਈਡ। ਭਾਈ ਕੋਈ ਲਾਹੌਰੀਆ ਨਹੀਂ, ਕੋਈ ਫੈਸਲਾਬਾਦੀਆਂ ਨਹੀਂ, ਹੁਣ ਫੌਜਾਂ ਆਪਣੇ ਸਾਹਮਣੇ ਖਲੋ ਗਈਆਂ ਨੇ। ਚਲੋ ਜੀ, 1 2 ਤੁਹਾਨੂੰ ਮੈਂ ਟੌਪਿਕ ਦੇਵਾਂ, ਤੁਸੀਂ ਬੈਰੀ ਜਹਾਜ਼ 'ਤੇ ਜੁਗਤਾਂ ਕਰਨੀਆਂ, ਬਣਾਓ ਕਿੰਨੀਆਂ ਬਣਾਉਂਦੇ ਮੈਂ ਦੇਖਦਾ। ਚਲੋ ਕੋਈ ਵੀ ਨਵੀਂ ਬੈਰੀ ਜਹਾਜ਼ 'ਤੇ ਸਫ਼ਰ ਕਰ ਰਹੇ ਡਾਨਿਸ਼ ਭਾਈ ਤੇ ਐਂ ਕਰਕੇ ਨਾ ਕਿ ਬੋਤਲ ਛੋਟੀ ਜਿਹੀ ਤੈਰ ਦੀ ਕੋਲ ਆਈ ਆ, ਖੋਲੀ ਦੇ ਵਿੱਚੋਂ ਜਿੰਨ ਨਿਕਲ ਆਇਆ ਛੋਟਾ ਜਿਹਾ, ਉਹਨੂੰ ਕਹਿੰਦਾ ਮੇਰੇ ਵਾਸਤੇ ਇੱਕ ਮਹਿਲ ਬਣਾ, ਉਹ ਕਹਿੰਦਾ ਮੈਂ ਛੋਟਾ ਜੀ ਨਾ ਮੇਰੇ ਕੋਲ ਰਸ ਮੰਗਾ ਲਓ। ਆ ਭਾਈ ਬੈਰੀ ਜਹਾਜ਼ ਜੀ ਏਅਰਪੋਰਟ 'ਤੇ ਲੈ ਕੇ ਆ ਗਏ। ਉਹ ਤੂੰ ਕੌਣ ਆ? ਪਾਸ ਦਾ ਨਾ ਕਵੇ, ਬੈਰੀ ਜਹਾਜ਼ ਦੀ ਚਾਬੀ ਹੁੰਦੀ। ਹਾਏ ਹਾਏ ਸਹੀ ਗੱਲ, ਬੈਰੀ ਜਹਾਜ਼ 'ਤੇ ਲਿਖਾਇਆ ਸੱਤੇ ਹੀ ਖੈਰਾਂ। ਇੱਧਰ ਵੀ ਕਹਿੰਦੇ ਵੀ ਭੂਆ ਜੀ ਬੈਰੀ ਜਹਾਜ਼ ਡਬੋਤਾ, ਸਾਰਿਆਂ ਕੋਲ ਥੱਲੜੀ ਮੰਦਰ ਨਾ ਵੱਡੇ ਲਾਟੂ ਚਲਾਉਂਦੇ ਆ, ਕਰ ਉਹਨੇ ਮੋਰੀ ਕਰਦੀ, ਉਹਨਾਂ ਨੇ ਮੋਰੀਆਂ ਕਰਦੀਆਂ ਤੇ ਪਾਣੀ ਆ ਗਿਆ ਅੰਦਰ। ਬੱਟ ਨੇ ਪਿਸਟਲ ਲੈ ਲਿਆ ਤੇ 6 ਫੈਰ ਇੱਕੋ ਵਾਰੀ ਕੱਢ ਕੇ ਦਵਾ ਦਵ ਡੱਬ ਨਾਲ ਲਾਇਆ, ਉਹ ਮਾਸ ਸੜ ਗਿਆ, ਗਰਮ ਹੀ ਸੀ ਹਲੇ। ਯਾਰ ਇਹ ਬੈਰੀ ਜਹਾਜ਼ ਕਿੱਥੇ? ਇਹਦੇ 'ਚ ਬੈਰੀ ਜਹਾਜ਼ 'ਚ ਖਲੋ ਕੇ ਕੀਤੀ। ਪਰ ਚਾਹ ਦਾ ਕੱਪ ਲੈ ਕੇ ਰੂੜੀ ਤੇ ਤੁਰਿਆ ਫਿਰੇ, ਮੈਂ ਕੀ ਕਰਨ? ਕਹਿੰਦਾ ਰਸ ਲੱਭਣ ਆ। ਬੈਰੀ ਜਹਾਜ਼ ਕਰਾ ਲਿਆ ਨੇ ਆਪਣਾ, ਇੰਗਲੈਂਡ ਜਾਣ ਲਈ ਆਬਾਸ ਭਾਈ ਨੇ। ਅੱਛਾ, ਬੈਰੀ ਜਹਾਜ਼ ਕਰਾ ਲਿਆ ਇੰਗਲੈਂਡ ਜਾਣ ਲਈ, ਇੰਨਾ ਪੈਸਾ ਲਾਇਆ। ਉਹ ਅੱਗੇ ਵੀ ਗੱਲ ਕਰ ਮਰੇ, ਸੁਣ ਲਓ, 3 ਵਾਰੀ ਇੱਕੋ ਹੀ ਗੱਲ ਕਰ ਲਈ, ਇੰਨਾ ਪੈਸਾ ਲਾਇਆ ਤੇ ਐਂ ਕਰਕੇ ਜਹਾਜ਼ ਉੱਡਿਆ ਤੇ ਯਾਰ ਤੋਂ ਖੁਸ਼ੀ ਨਾ ਆ ਕੇ ਛੱਤ 'ਤੇ ਫੈਰ ਕੀਤੇ ਆ ਤੇ ਜਹਾਜ਼ ਨੂੰ ਵੱਜ ਕੇ ਸੀਟ ਸਮੇਤ ਵਾਪਸ ਆ ਗਏ। ਬੈਰੀ ਜਹਾਜ਼ ਕਿਹੜਾ ਪਰਾਂ ਵਾਲਾ ਬੈਰੀ ਜਹਾਜ਼ ਪਾਤਾ ਜੀ ਉਹ, ਕੀ ਹੋਇਆ ਜੀ ਤੈਨੂੰ? ਓਏ ਤੂੰ ਇੱਧਰ ਚੰਗਾ ਪਾ ਜਾ, ਮੈਨੂੰ ਸਮਝ ਨਹੀਂ ਆ ਰਹੀ ਉਹ ਕਿਹੜਾ ਪੁਰਾਣਾ ਜਹਾਜ਼ ਪਾਤਾ ਜੀ, ਜਿਵੇਂ ਐਂ ਪਿੱਛੇ ਕਿਸੇ ਨੇ ਮੋਟਰ ਰੱਖਿਆ ਤੇ। ਮੈਂ ਤੇ ਫੇਰ ਵੀ ਸਹੀ ਹੈ, ਤੂੰ ਤੇ ਮਰੇ ਏਦਾਂ ਅਦਕਰ ਖਾਦਾ ਵਾ, ਅਦਕਰ ਅਦਕਰ ਖਾਦਾ। ਬਾਬਾ ਵੀ ਐਂ ਕਰਕੇ ਵਿਆਹ ਤੇ ਗਿਆ ਤੇ ਲਾੜੇ ਦੇ ਨਾਲ ਹੀ ਬਹਿ ਗਿਆ ਰੋਟੀ ਖਾਣ, ਉਹ ਐਂ ਸਾਲਣ ਰੱਖਿਆ, ਉਹ ਨਾਲ ਲੈਣ ਗਿਆ ਤੇ ਆਪ ਬੋਟੀਆਂ ਕੱਢ ਕੇ ਮੁਰਗਾ ਜੋੜ ਦਿੱਤਾ ਪੂਰਾ ਮੁਰਗਾ। ਪਿੰਡ 'ਚ ਨਸਵਾਰ ਦੀ ਦੁਕਾਨ ਪਾਈ ਤੇ ਪੂਰੇ ਪਿੰਡ ਨੇ ਕੁੱਟਿਆ, ਸ਼ਟਰ ਤੇ ਲਿਖਾ ਲਏ ਲੇਡੀਜ਼ ਕੇ ਲਈ ਪਰਦੇ ਕਾ ਇੰਤਜ਼ਾਮ। ਕਹਿੰਦਾ ਯਾਰ ਜੋ ਮੈਡੀਕਲ ਸਟੋਰ ਦੇ ਥਣਿਆ ਰਸੌਣ ਦਾ ਮਜ਼ਾ ਨਾ ਉਹ ਕਿਤੇ। ਦਾਨਿਸ਼ ਭਾਈ ਗਰੀਬ ਨੇ ਬੜੇ ਤੇ ਬਾਹਰ ਕਾਤਲ ਮਸ਼ਹੂਰ ਹੋਏ ਨੇ, ਬਾਹਰ ਘਰ ਮਹਿਮਾਨ ਆਏ ਤੇ ਭੁੱਖੇ ਮਾਰ ਦਿੱਤੇ ਨੇ। ਆ ਵੀ ਬੱਟ ਭਾਈ ਕਹਿੰਦਾ 3 ਚੋਂ ਨਾ 13 ਚੋਂ ਮਿਸਾਲ ਇਹ ਸਾਨੂੰ ਸਭ ਤੋਂ ਪਹਿਲੇ ਗਈ ਸੀ ਕਿਸੇ, ਕਹਿੰਦਾ ਚੋਰ ਨਾਲੋਂ ਪੰਡ ਕਾਲੀ ਇਹ ਵੀ ਸਾਨੂੰ ਗਈ ਸੀ ਕਿਸੇ। ਮੱਲਾ ਲੈਵਨ ਖੇਡਦਾ ਕਹਿੰਦਾ ਪਾਕਿਸਤਾਨੀ ਟੀਮ 'ਚ ਚਲਾ ਗਿਆ, ਉਹਨਾਂ ਨੇ ਕਿਹਾ ਸਾਊਥ ਅਫਰੀਕਾ ਜਾਣਾ ਆਪਣੀ ਕਿਟ ਕਿਟ ਲੈ ਆਓ ਤੇ ਐਂ ਜਹਾਜ਼ ਦੀਆਂ ਪੌੜੀਆਂ ਚੜ੍ਹਦਾ ਪਿਆ ਤੇ ਉੱਥੇ ਯਾਦ ਆਇਆ ਮੇਰੇ ਬੂਟ ਘਰ ਰਹਿ ਗਏ। ਆ ਭਾਈ ਯਾਦਗਾਰ ਵੇਖ ਕੇ ਕਹੀ ਜਾਵੇ ਉਹ ਇੱਥੇ ਬੜੇ ਘੋੜੀਆਂ ਫੱਟੇ ਲੱਗੇ ਹੋਣੇ, ਲੈ ਵੀ ਤੇਰਾ ਕੀ ਲੈਂਕ ਹੈ। ਐਂ ਵੀ ਵੇਖ ਕੇ ਉੱਥੇ ਕਹੀ ਜਾਵੇ ਕਹਿੰਦਾ ਇਹ ਉੱਤੋਂ ਬਣਨਾ ਸ਼ੁਰੂ ਹੋਇਆ ਸੀ। ਇਹ ਵੀ ਭਾਈ ਯਾਦਗਾਰ ਨੂੰ ਵੇਖ ਕੇ ਕਹੀ ਜੇ ਆਹ ਬੜਾ VIP ਭੱਠਾ ਵਾ ਯਾਰ, ਆਪ ਸ਼ਾਹੀ ਕਿਲੇ ਫਿਰਦਾ ਪਿਆ ਤੇ ਦੀਵਾਰ ਤੋਂ ਨਾ ਸੁੱਕੀ ਰੋਟੀ ਚੁੱਕ ਕੇ ਖਾ ਰਿਹਾ, ਮੈਂ ਕਿਹਾ ਕੀ ਕਹਿੰਦਾ ਸ਼ਾਹੀ ਟੁਕੜੇ ਲੈ, ਸ਼ਾਹੀ ਟੁਕੜੇ। ਸ਼ਾਹੀ ਕਿਲੇ ਚਲ ਗਿਆ ਤੇ ਟਿਕਟ ਹੀ ਨਾ ਲਵੇ, ਉਹ ਕਹਿੰਦਾ ਟਿਕਟ ਨਹੀਂ ਲੈਂਦੇ, ਕਹਿੰਦਾ ਮੈਂ ਨਾਰਕਲੀ ਦਾ ਰਿਸ਼ਤੇਦਾਰ ਹਾਂ ਯਾਰ। ਬਾਸ ਭਾਈ ਨੇ ਐਂ ਕਰ ਕਹਿੰਦਾ 2 ਘੋੜਾ ਬੋਸ ਕੀ ਸੂਟ ਪਾਇਆ, ਥੱਲੇ ਤਿੱਲੇ ਵਾਲੀ ਜੁੱਤੀਆਂ, ਧੁੱਸੇ ਦੀ ਬੁੱਕਲ ਮਾਰੀ ਨਾਲ ਦੀ ਗਲੇ ਗਰਮ ਆਂਡੇ ਗਰਮ ਆਂਡੇ। ਬੱਟ ਨੇ ਭਾਈ ਫੁੱਲ ਠੰਡ 'ਚ ਸੂਟ ਪਾਇਆ ਤੇ ਠੰਡ ਲੱਗਣ ਲੱਗ ਪਈ ਤੇ ਚਾਦਰ ਨਹੀਂ ਲੱਭੀ, ਉਹ ਜਿਹੜੀ ਲਵੇਟ ਕੇ ਫਿਰ ਦੋਵੇਂ ਜਣੇ ਇੱਕ ਵਿਆਹ ਤੇ ਗਏ ਨੇ ਤੇ ਉੱਥੇ ਬੜੀ ਠੰਡ ਪੈ ਰਹੀ ਸੀ, ਬਹੁਤ ਕੱਕਰ ਪੈ ਰਿਹਾ ਸੀ ਤੇ ਰਸਾਈ ਦੇ ਪੈਂਟ ਕੋਟ ਸੁਆਏ ਮੋਟੇ, ਉਹ ਨਾਲ ਦੇ ਨੂੰ ਕਹਿ ਰਹੇ ਨੇ ਉਹ ਆ ਗਿਆ ਇੱਧਰ ਆ ਗਿਆ, ਠੰਡ ਲੱਗਦੀ ਵੀ ਤੂੰ ਮੇਰੇ ਕੋਟ 'ਚ ਆਈ ਆ। ਬਾਟ ਉਹਨਾਂ ਨੇ ਪਹਿਲੀ ਪਹਿਲੀ ਵਾਰੀ ਮੱਛੀ ਪਕਾਈ, ਇੰਨਾ ਪਾਣੀ ਲਾਇਆ ਉਹ ਜ਼ਿੰਦਾ ਹੋ ਗਈ। ਚੱਲ ਓਏ ਅਬਾਸ ਨੇ ਮੱਛੀ ਖਾਧੀ ਨੂੰ ਧਰੂ ਕੇ ਰਾਵੀ ਲੈ ਗਈ, 700 ਰੁਪਏ ਦਾ ਬੱਕਰਾ ਲਿਆਇਆ ਤੇ ਉਹਨੂੰ ਪਕਾਉਂਦੇ ਬੰਦੇ ਨਾਲ ਬੱਕਰਾ ਉੱਡ ਗਿਆ। 700 ਰੁਪਏ ਦਾ ਬੱਕਰਾ ਲਿਆ ਤੁਹਾਨੂੰ 2100 ਰੁਪਏ ਦੇ ਪਕਾਨੇ ਬੰਦੇ। ਬੱਟ ਵੀ ਭਾਈ 300 ਦਾ ਬੱਕਰਾ ਲਿਆਇਆ, ਇੰਨਾ ਕਮਜ਼ੋਰ ਬੱਕਰਾ ਲਿਆਇਆ ਉਹ ਘਰ ਵੀ ਨਹੀਂ ਪਹੁੰਚਿਆ, ਮਰ ਗਿਆ। ਬਾਸ ਭਾਈ ਵੀ ਐਂ ਕਰਕੇ ਇੰਟਰਵਿਊ ਦੇਣ ਗਏ ਨਾ ਭਾਰਤ,
ਬਾਹਰ ਦਫ਼ਤਰ ਇੰਟਰਵਿਊ ਦੇਣਗੇ, ਉਹਨਾਂ ਨੇ ਕਿਹਾ ਜੀ ਆਪਕੀ ਕੁਆਲੀਫਿਕੇਸ਼ਨ ਕਿਆ, ਤਾਂ ਕਰਾਟਾ ਮਾਰ ਕੇ ਮੇਜ਼ ਤੋੜਤਾ। ਆਵਾਜ਼ ਮਰਾ ਸੀ ਜੇ ਤਾਂ ਬਣਿਆ ਤੇ ਅਮੀਰ ਹੋ ਗਿਆ, ਘਰ ਗਿਆ ਤੇ ਮੁਖਤਲਿਫ ਰੰਗਾਂ ਦੇ ਚਮੋਟੇ ਟੰਗੇ ਨੇ, ਕਿਸੇ ਤੇ ਦੁਨਾਲੀ ਲਿਖੇ ਆ, ਕਿਸੇ ਤੇ ਸੈਵਨ ਐਮ ਐਮ ਲਿਖੇ ਆ, ਕਿਸੇ ਤੇ ਆ ਭਾਈ 24 ਦੇ ਦਫ਼ਤਰ ਦੇ ਸਾਹਮਣੇ ਖੜਾ। ਮੈਂ ਕਿਹਾ ਭੈਣ ਕਿੱਥੇ ਹੋ? ਕਹਿੰਦਾ ਮੈਂ 6x30 ਵਾਲਾ ਦਫ਼ਤਰ ਨਹੀਂ ਉੱਥੇ ਖੜਾ ਆ। ਬੱਟ ਕਹਿੰਦਾ ਰਾਵੀ 'ਚ ਬੁਰਗੀਆਂ ਲਾਉਣ ਦਿਆਂ। ਮੈਂ ਕਿਹਾ ਇਹ ਕਰਨਾ, ਕਹਿੰਦਾ ਮੱਛੀ ਨਹੀਂ ਤਾਂ ਛੋਰਾ ਹੀ ਸਹੀ। ਬੱਟ ਨੂੰ ਹੀ ਕਰਨੀ ਆ, ਕਰੋ ਕਰੋ ਕਰ ਬੱਟ ਨੂੰ ਕਰ। ਬੱਟ ਭਾਈ ਧੁੰਦ 'ਚ ਖਲੋ ਕੇ ਰੋਣ ਦਿਆ। ਮੈਂ ਕਿਹਾ ਬੱਟ ਕੀ ਹੋਇਆ? ਕਹਿੰਦਾ ਯਾਰ ਕੋਈ ਚੰਡਾ ਮਾਰ ਗਿਆ। ਬਾਸ ਭਾਈ ਵੀ ਐਂ ਕਰਕੇ ਨਾ, ਐਡੀ ਠੰਡ ਪੈ ਰਹੀ ਕਿ ਬੋਲੋ ਤਾਂ ਮੂੰਹ 'ਚੋਂ ਧੂੰਆਂ ਨਿਕਲਦਾ, ਅਤੇ ਉੱਥੇ ਖਲੋ ਕੇ ਰੋਈ ਜਾ ਰਿਹਾ। ਕਹਿੰਦਾ ਕੀ ਹੋਇਆ? ਕਹਿੰਦਾ ਮੇਰੇ ਰਿੰਗ ਸਿਸਟਮ ਉੱਡ ਗਏ। ਬਟ ਚੈਣਾ ਚਲ ਗਿਆ, ਚੈਣਾ ਫੜਿਆ ਗਿਆ। ਕਹਿੰਦਾ ਕਿੱਧਰ ਆਇਆ? ਕਹਿੰਦਾ ਮੈਂ ਜੈਕੀ ਚੈਨ ਘਰ ਮਿਲਾ ਤੇ ਆ। ਐਵੀਂ ਗੱਲ ਸੁਣਾਉਣ ਦਿਆ, ਕਹਿੰਦਾ ਜੋਨ ਸੀਨਾ ਭੱਟੀ ਆ। ਆਪ ਦਾੜ ਕਢਾਉਣ ਗਿਆ, ਡਾਕਟਰ ਨੇ ਕਿਹਾ ਆ ਕਰੋ। ਕਹਿੰਦਾ ਆਓ, ਕਹਿੰਦਾ ਥੋੜ੍ਹਾ ਜਿਹਾ ਹੋਰ ਆਓ, ਕਹਿੰਦਾ ਥੋੜ੍ਹਾ ਜਿਹਾ ਹੋਰ। ਕਹਿੰਦਾ ਅੰਦਰ ਬੈਗ ਕੱਢਣੀ ਕੀ ਗੱਲ? ਬਟ ਦਾ ਨਾ ਅੰਡਰਟੇਕਰ ਨਾਲ ਮੁਕਾਬਲਾ ਪੈ ਗਿਆ ਤੇ ਉਹਨਾਂ ਲੜਨ ਵਾਸਤੇ ਪਿਸਟਲ ਲੈ ਗਿਆ। ਬਟ ਨੂੰ ਬੁਖਾਰ ਚੜ ਗਿਆ ਤੇ ਡਾਕਟਰ ਨੇ ਐਂ ਕਰਕੇ ਥਰਮਾਮੀਟਰ ਮੂੰਹ 'ਚ ਲਾਇਆ ਤੇ ਐਡਾ ਕੁ ਚੜਿਆ ਥਰਮਾਮੀਟਰ ਖਾ ਗਿਆ। ਹਸਪਤਾਲ 'ਚ ਗਿਆ ਤੇ ਕੁੜੀ ਕਹਿੰਦੀ ਅੱਖਾਂ ਦਾ ਆਪਰੇਸ਼ਨ ਕਰਾਉਣਾ ਹੈ। ਕਹਿੰਦਾ ਆਹੋ ਤੁਹਾਨੂੰ ਕਿੱਦਾਂ ਪਤਾ? ਕਹਿੰਦਾ ਤੂੰ ਬੂਹੇ ਥਾਣੀ ਨੀ ਬਾਰੀ ਥਾਣੀ ਆਇਆ। ਬਟ ਨੂੰ ਇੱਕ ਬੰਦਾ ਕਹਿੰਦਾ ਇਹ ਪਾਗਲ ਆ ਤੇ ਉਹਨੂੰ ਕਹਿੰਦਾ ਤੂੰ ਨਜੂਮੀ ਆ ਨਾ। ਆ ਭਾਈ ਨੇ ਭਾਈ ਰੈਸਲਿੰਗ 'ਚ ਚਲਾ ਗਿਆ, ਜੋਨ ਸੀਨਾ ਨੂੰ ਇਹਨੇ ਚੈਲੰਜ ਕਰਤਾ, ਕਹਿੰਦਾ ਆ ਜੀ ਤੇਰੇ ਨਾਲ ਮੇਰੀ ਰੈਸਲਿੰਗ ਆ। ਉਹ ਆਇਆ, ਉਹਨੇ ਪਹਿਲੇ ਰਾਊਂਡ 'ਚ ਨੂੰ ਚੰਗਾ ਝੰਬਿਆ ਤੇ ਲਾਈਟਾਂ ਬੰਦ ਹੋਈਆਂ ਤੇ ਗੈਪ ਹੋ ਗਿਆ। ਉਹ ਲੱਭਦੇ ਬਾਰ ਸਾਹਿਬ ਵੀ ਐਂ ਕਰਕੇ ਨਾ ਕਸਾਈ ਬਣੇ ਸਨ ਤੇ ਐਂ ਕਰਕੇ ਬੱਕਰਾ ਕਰਨ ਗਏ ਤੇ ਉਹ ਕਹਿੰਦੇ ਯਾਰ ਧਿਆਨ ਨਾ ਕਰੀ, ਕੋਈ ਸੀ ਵੀ ਨਾ ਹੋਵੇ ਤਾਂ ਜੋਨ ਸੀਨਾ ਵਾਲਾ ਤਾਪ ਆ। ਯਾਰ ਬਟ ਠਹਿਰ ਜਾ ਯਾਰ, ਨਾਜ਼ਰੀਨ ਇੱਕ ਬ੍ਰੇਕ, ਠਹਿਰ ਜਾ ਇੱਕ ਬ੍ਰੇਕ ਨਾਜ਼ਰੀਨ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ। ਨਾਜ਼ਰੀਨ ਪ੍ਰੋਗਰਾਮ ਮੈਂ ਦੁਬਾਰਾ ਖੁਸ਼ ਆਮਦੀਦ, ਬੜਾ ਅੱਛਾ ਅੱਜ ਹਮ ਯਹਾਂ ਪੇ ਲਾਹੌਰ ਮੇਂ ਹੈ ਔਰ ਸਾਥ ਮੇਰੇ ਲੱਖ ਲਾਣ ਤੇਰਤੇ ਉੱਥੇ ਪਿੱਛੋਂ ਲੱਤਾਂ ਮਾਰਨ ਦੇ ਜੈਕੀ ਚੰਨ ਉੱਡਣ ਦੇ ਕਿੱਕਾਂ ਮਾਰਨ ਦੇ ਪ੍ਰੋਗਰਾਮ ਮੈਂ ਦੁਬਾਰਾ ਖੁਸ਼ ਆਮਦੀਦ। ਨਾਜ਼ਰੀਨ ਬ੍ਰੇਕ ਖਤਮ ਹੋ ਗਈ ਔਰ ਜੁਗਤਾਂ ਇੱਕ ਮਿੰਟ ਰਿਹਾ, ਹਿੱਲੀ ਨਾ। ਲਓ ਜੀ ਨਾਜ਼ਰੀਨ ਦੁਬਾਰਾ ਸ਼ੁਰੂ। ਸ਼ੇਖ ਸਾਹਿਬ ਤੁਸੀਂ ਕੀ ਗੱਲ ਇੱਧਰ ਉੱਠ ਕੇ ਇੱਧਰ ਆ ਗਏ ਤੇ ਤੁਸੀਂ? ਸਰ ਮੈਨੂੰ ਇਹਦੀ ਫਿਕਰ ਪਈ, ਸਾਈਂ ਲੋਕ ਆਦਮੀ ਨੇ ਫੈਸਲਾ ਬਾਜ ਜਾ ਖੇਡਣਾ, ਮੈਂ ਪਰਾਂ ਵਾਲਾ ਕੀਮਾ ਖਾ ਕੇ ਆ। ਕੈਸਾ ਮਾਨਾ ਗਰੀਬ ਕਰਦੇ ਪ੍ਰਾਹੁਣੇ ਵਰਗਾ ਮੂੰਹ ਆ ਵੀ, ਜਿਹਨੂੰ ਅੰਦਰ ਵੜਦੇ ਵੀ ਪਤਾ ਕਿ ਮੈਨੂੰ ਕੱਖ ਨਹੀਂ ਅੰਦਰੋਂ ਮਿਲਣਾ। ਇਹਨਾਂ ਦੇ ਘਰ ਪ੍ਰਾਹੁਣੇ ਆ ਗਏ ਤੇ ਹੁਣ ਦੂਰ ਬੈਠੇ ਹੀ ਗੱਲ ਸੁਣਾ ਰਹੇ, ਕਹਿੰਦੇ ਯਾਰ ਆਟੇ ਵਾਲੀ ਡਰੰਮੀ ਦੀ ਚਾਬੀ ਨਹੀਂ ਲੱਭਣ ਦੇ। ਆ ਬੱਟ ਨੇ ਬੜੇ ਸ਼ੌਕ ਨਾਲ ਤਿੱਲੇ ਵਾਲਾ ਖੁੱਸਾ ਲਿਆ, ਉਹ ਇਹਦੇ ਫੱਬਿਆ ਨਹੀਂ ਤੇ ਇਹਨੇ ਦੇੜ ਕੇ ਛਾਬਾ ਬਣਾ ਲਿਆ। ਆ ਭਾਈ ਮੈਨੂੰ ਕਹਿੰਦਾ ਮੈਨੂੰ 16 ਸਾਲ ਹੋ ਗਏ ਠੇਠਰੀ ਕਰਦੇ ਨੂੰ। ਕੀ ਕਰਦੇ? ਠੇਠਰੀ। ਠੇਠਰੀ ਕੀ ਹੁੰਦੀ? ਆ ਠੇਠਰੀ, ਥੀਏਟਰ। ਹਾਂਜੀ ਥੀਏਟਰ ਦੇ ਕੰਮ ਕਰਦੇ ਆ। ਹਾਂਜੀ ਥੀਏਟਰ ਦੇ ਕੰਮ ਕਰਦੇ ਆ। ਕਹਿੰਦੇ ਮੈਨੂੰ 16 ਸਾਲ ਹੋ ਗਏ ਆ, ਮੈਂ ਜਾ ਕੇ ਦੇਖਿਆ ਤੇ ਆਪਰੇਸ਼ਨ ਥੀਏਟਰ ਤੇ ਲੱਗੇ। ਬਟ ਹੈਲਮਟ ਪਾ ਗੱਡੀ ਚਲਾਉਣ ਦੇ ਤੇ ਵੱਜ ਗਿਆ, ਮੈਂ ਜਾ ਕੇ ਵੇਖਿਆ ਅਗਲਾ ਹਿੱਸਾ ਪਿੱਛੇ ਨੂੰ ਕੀਤਾ ਹੋਇਆ। ਆ ਭਾਈ ਰਕਸ਼ਾ ਚਲਾਉਂਦੇ ਸੀ ਤੇ ਖਾਬ 'ਚ ਕਿਤੇ ਆਪਣੇ ਅੱਬੂ ਨਾਲ ਸੁੱਤੇ ਖਾਬ ਆਇਆ, ਰਕਸ਼ਾ ਚਲਾ ਰਹੇ ਤੇ ਕਿੱਕ ਮਾਰਨ ਲੱਗੇ, ਉਹਦੀ ਬਾਹ ਤੋੜ ਡਾਣਾ ਡਾਣਾ ਚ ਭਾਈ ਦਾ ਨਾ ਦਾਦਾ ਇੰਜ ਸੀ ਪੱਕੇ ਰੰਗ ਦਾ, ਤੂੰ ਐਂ ਸੁੱਤਾ ਹੋਇਆ ਤੇ ਠੰਡ ਭਰੀ ਰਜ਼ਾਈ ਉੱਤੇ ਲਿੱਤੀ ਤੇ ਉਹਦੀ ਇੱਕ ਬਾਂਹ ਤੇ ਸੱਪ ਸਮਝ ਕੇ ਦਾਦਾ ਮਾਰ ਦਿੱਤਾ। ਅੱਧਾ ਘੰਟਾ ਮੀਂਹ 'ਚ ਨਾ ਆ ਕੇ ਨਾ ਘਰ ਆਇਆ ਤੇ ਇਹਦੇ ਭਰਾ ਨੇ ਪਾਣੀ ਦਾ ਗਲਾਸ ਪਾਤਾ ਤੇ ਉਹਨੇ ਲੜ ਪਿਆ ਮੇਰੇ ਕੱਪੜੇ ਗਿੱਲੇ ਕਰਦੇ। ਇਹ ਇੰਡੀਆ 'ਚ ਫਿਲਮਾਂ ਬਣਾਉਣ ਚਲ ਗਿਆ ਤੇ 2-3 ਦਿਨ ਹੀ ਹੋਏ ਤੇ ਉੱਥੇ ਫੁੱਲ ਫ੍ਰੀ ਹੁੰਦੇ, ਅਮਿਤਾਬ ਬੱਚਨ ਨੂੰ ਆਵਾਜ਼ ਮਾਰਨ ਦੇ ਓਏ ਮੀਤੂ ਉਰੇ ਆ। ਆਪ ਨੂੰ ਇੰਡੀਆ ਦੀ ਫਿਲਮ 'ਚ ਨਾ ਭਗਵਾਨ ਬਣਾਇਆ ਮੇਕਅਪ ਕਰਕੇ ਗੱਲ ਕਰਨ ਦੇ ਹਾਲ ਲਿਓ। ਓਏ ਕੈਸੀ ਹੋ ਬੱਕੇ ਚੋ ਮੇਜਰ ਨੇ ਇਹਨੂੰ ਕਿਹਾ, ਕਹਿੰਦਾ ਦੁਸ਼ਮਣ ਤਾਂ ਨਜ਼ਰ ਰੱਖਦੇ ਇੰਡੀਆ ਦੀਆਂ ਫਿਲਮਾਂ ਵੇਖਣ ਲੱਗ ਪਿਆ। ਉਹ ਮਰੇ ਇਹਦੇ ਕੋਲ ਕਿਤੇ ਪੈਸੇ ਆ ਗਏ ਬੜੇ ਖੁੱਲੇ ਪੈਸੇ ਤੇ ਇਹਨੂੰ ਬਾਹਰ ਜਾਣ ਦਾ ਬੜਾ ਸ਼ੌਕ ਸੀ ਤੇ ਪਤਾ ਨਹੀਂ ਸੀ ਕਿੰਜ ਜਾਈਦਾ ਤੇ ਦੱਥੀਆਂ ਚੁੱਕ ਕੇ ਲਾਰੀ ਅੱਡੇ ਫਿਰਦੇ ਆ। ਭਾਵੇਂ ਉਹਨੇ ਬੜ ਸਾਹਿਬ ਕੈਂਚੇ ਖੇਡਦੇ ਵੇ ਤੇ ਫਾਂਕ ਹੋ ਗਿਆ ਤੇ ਡੇਲੇ ਕੱਢ ਲਿੱਤੇ। ਬਸ ਤੇਰਾ ਮੂੰਹ ਵੀ ਇੰਜ ਜਿਵੇਂ ਵਾਜਪਾਈ ਦਾ ਸਲੂਕਾ ਹੁੰਦਾ, ਤੁਹਾਡਾ ਵੀ ਇੰਜ ਆ ਜਿੱਦਾਂ ਸਲੂਕੇ ਚ ਇੱਟ ਪਾਈ। ਬਲਕਿ
ਪਰਸ ਚ ਰੇਤਾ ਪਾਈ। ਇਹਦਾ ਮੂੰਹ ਇੰਜ ਆ ਜਿਵੇਂ ਟੇਢਾ ਮਕਾਨ ਹੁੰਦਾ। ਇਹਨੂੰ ਅਬਾਸ ਨੂੰ ਜਿੰਨ ਚਿੰਬੜ ਗਿਆ ਤੇ ਉਹਨਾਂ ਲਈ ਬੋਤਲ ਲੈਣ ਚਲ ਗਿਆ। ਡਾਣਾ ਭਾਈ ਇੰਜ ਕਰਕੇ ਮਾਲ ਰੋਡ ਦੇ ਵੀਲ ਚੁੱਕਿਆ ਲੱਗੇ ਜਾ ਰਿਹਾ ਤੇ ਪੁਲਿਸ ਵਾਲੇ ਨੇ ਫੜ ਲਿਆ। ਚੋਰੀ ਦਾ ਵੀਲ ਚੁੱਕਿਆ ਮੋਟੇ। ਅੱਛਾ ਉਹ ਵੀਲ ਦੂਜਾ ਨਹੀਂ, ਚੋਰੀ ਦਾ ਚੁੱਕਿਆ। ਬਾਰਡਰ ਜਿੰਨ ਚਿੰਬੜ ਗਿਆ ਤੇ ਪਲਾਸ ਨਾਲ ਮਾਸ ਖਿੱਚਣ ਡਿਆ, ਬਾਹਰ ਕੱਢਣ ਡਿਆ ਜਿੰਨਾ। ਆ ਭਾਈ ਇਹਦੇ ਛੋਟੇ ਭਰਾ ਨੂੰ ਮਾਰੀ ਜੀ ਛਾਤ ਛਾਟ ਪਈ ਤੇ ਰੇਤਾ ਚ ਦੱਬ ਕੇ ਮਾਰਤਾ। ਬਾਟ ਨੂੰ ਆਏ ਦਿਨ ਛਾਟ ਪੈ ਜਾਂਦੀ ਸੀ ਇਹਦਾ, ਆਪਾਂ ਕਹਿੰਦਾ ਆਪਣਾ 100 ਮੀਟਰ ਲਵਾ। ਦਾਨਿਸ਼ ਭਾਈ ਕਹਿੰਦਾ ਚੂੜੀਆਂ ਫਿਲਮ 'ਚ ਕੰਮ ਕੀਤਾ, ਮੈਂ ਕਿਹਾ ਤੂੰ ਤਾਂ ਨਜ਼ਰ ਹੀ ਨਹੀਂ ਆਇਆ ਸਾਰੀ ਫਿਲਮ 'ਚ। ਕਹਿੰਦਾ ਮੋਮਾ ਰਾਣਾ ਅਜੀਬ ਸਾਲ ਲਿਆ, ਪਿੱਛੋਂ ਵਾਲਾਂ ਕੱਢੀਆਂ। ਅੱਛਾ ਚਲੋ 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 ਤੁਸੀਂ। ਬਾਟ ਨੇ ਆਪਣੀ ਦਾਦੀ ਮਾਰਤੀ ਤੇ ਗਾਣਾ ਗਾ ਦਿਆ, ਹੁੜ ਹੁੜ ਦਬੰਗ ਦਬੰਗ ਦਾ। ਪਤੀਲੀ ਚੁੱਕ ਕੇ ਛਾਲ ਪਾਤੀ, ਮੈਂ ਕਿਹਾ ਕੀ ਕਹਿੰਦਾ ਕ੍ਰਿਸ਼ ਥਰੀ। ਅਬਾਸ ਭਾਈ ਨੂੰ ਮੱਛਰ ਲੜਿਆ ਤੇ ਇਹਨੂੰ ਕੁਛ ਨੀ ਹੋਇਆ, ਉਹਦੇ ਬੁੱਲ ਸੁੱਜ ਗਏ ਮੱਛਰ। ਆ ਭਾਈ ਦਾ ਵੀ ਦਿਲ ਦਾ ਆਪਰੇਸ਼ਨ ਹੋਇਆ ਤੇ ICU ਕੀ ਫੁੱਲਿਆਂ ਵਾਲੀ ਮਸ਼ੀਨ 'ਚ ਰੱਖਿਆ ਇਹਨੂੰ। ਕਰਿਆਨੇ ਤੋਂ ਨਾ ਚੂਹੇ ਚੂਹੇ ਮਾਰ ਦਵਾਈ ਲੈਣ ਚਲ ਗਿਆ, ਕਹਿੰਦਾ ਘਰ ਲੈ ਕੇ ਜਾਣੀ, ਕਹਿੰਦਾ ਨਹੀਂ ਇੱਕ ਮਿੰਟ ਖਲੋ ਮੈਂ ਚੂਹੇ ਇੱਥੇ ਲੈਣ ਨਾ। ਬਾਟ ਸਾਹਿਬ ਵੀ 50,000 ਰੁਪਏ ਦਾ ਕੁੱਤਾ ਲਿਆਇਆ ਨਾ, ਤੂੰ ਬੋਲਣ ਵਾਲਾ ਕੁੱਤਾ ਲੈ ਆਏ ਨੇ, ਐਂ ਕਰਕੇ ਫ੍ਰੀਸਬੀ ਛੁੱਟੀ ਉਹਨੂੰ, ਕਹਿੰਦਾ ਲੈ ਕੇ ਆਓ, ਕਹਿੰਦਾ ਚੱਲ ਜਾ ਆਪ, ਮੈਂ ਆਪ ਥੱਕੇ ਆ। ਡੋਲਫਿਨ ਡੋਲਫਿਨ ਪੁਲਿਸ ਨੀ, ਬਾਟ ਨੇ ਉਹ ਕੁੱਟ ਖਾ ਲਈ, ਉਹ ਪਿੱਛੇ ਨਹੀਂ ਬੈਠਾ ਹੁੰਦਾ, ਉਹਨੂੰ ਕਹਿੰਦਾ ਬਾਜੀ ਆਪਣਾ ਬੁਰਖਾ ਚੁੱਕ ਲਓ। ਡੋਲਫਿਨ ਪੁਲਿਸ ਵਾਲੇ ਨੀ, ਉਹਨਾਂ ਦੀ ਰਿਸ਼ਵਤ ਭੋਰੇ ਪਾ ਰਿਹਾ। ਆ ਆ ਆ ਤੁਸੀਂ ਵੀ ਇਦਾਂ ਲੱਗਦਾ ਪੀਂਗ ਦੇ ਡਰਾਈਵਰ। ਗੱਲ ਫੜ ਲੈਣੀ ਉਸ ਤੋਂ ਬਾਅਦ ਸ਼ੇਖ ਸਿਰ ਤੇ ਫੁੱਲ ਖਿਜਿਆ ਤੇ ਮਜ਼ਾ ਵੀ ਲੈ ਰਿਹਾ ਸ਼ੇਖ ਕਸਮੇ ਬਈ। ਸ਼ੇਖ ਨੂੰ ਭਾਈ ਡਾਕਟਰ ਕਹਿੰਦਾ ਤੇਰੀ ਬੁੱਢੀ ਦੇ ਆਖਰਲੇ ਦਿਨ ਆ ਚਾਰ, ਕਹਿੰਦਾ ਜਿੱਥੇ ਇੰਨੀ ਦੇਰ ਕੱਢ ਲਈ ਆ ਵੀ ਕੱਢ ਲੈਂਦੇ। ਬਟ ਦੇ ਨਾ ਕਰਾਚੀ ਉਹ ਕਜ਼ਨ ਆਏ ਤੇ ਰੂੜੀ ਤੇ ਲੈ ਕੇ ਨਾ ਬੈਠੋ ਆਪਣਾ ਡੇਰਾ, ਆਪ ਨੱਕ ਚੋਂ ਚੂਹੇ ਕੱਢਦਾ ਵਾ ਤੇ ਜ਼ਿੰਦਾ ਚੂਹਾ ਨਿਕਲ ਆਇਆ। ਆ ਭਾਈ ਵੀ ਨੱਕ ਚੋਂ ਚੂਹੇ ਕੱਢਣ ਦਿਆ ਤੇ ਚੂਹੇ ਅੰਦਰੋਂ ਕਹਿਣ ਦੇ ਕੱਢ ਨਾ ਕਿਰਾਇਆ ਵਧਾ ਦੇ। ਬਟ ਗੁਜ਼ਰਾ ਹੁੰਦਾ ਸੀ ਤੇ ਬਦਮਾਸ਼ ਬਣ ਗਿਆ, ਮੁੱਛਾਂ ਨੀ ਆਉਣ ਪਰ ਵੱਟਿਆਂ ਨੂੰ ਵੱਟ ਦੇਂਦੇ ਆ। ਲਓ ਜੀ ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ, ਬਹੁਤ ਮਜ਼ਾ ਆਇਆ ਔਰ ਬਿਲਕੁਲ ਨਹੀਂ ਪਤਾ ਲੱਗਾ ਕਿ ਇਹਨਾਂ 'ਚ ਲਾਹੌਰੀਆ ਕਿਹੜਾ ਅਤੇ ਫੈਸਲਾਬਾਦੀਆ ਕਿਹੜਾ। ਇੰਨਾ ਪਿਆਰ ਮੁਹੱਬਤ ਦੇ ਨਾਲ ਸਾਰੇ ਰਹੇ ਨੇ ਔਰ ਇੱਕ ਦੂਸਰੇ ਨੂੰ ਨਾਮ ਲੈ ਕੇ ਦਾਨਿਸ਼ ਭਾਈ, ਉਹ ਨੈਸ਼ ਕਹਿ ਰਹੇ ਨੇ ਦਾਨਿਸ਼ ਭਾਈ ਇੱਦਾਂ, ਇਹ ਅਬਾਸ ਭਾਈ ਇੱਦਾਂ ਅਤੇ ਸ਼ੇਖ ਸਾਹਿਬ ਵੀ ਕਹਿ ਰਹੇ ਨੇ ਸਾ ਉੱਥੇ ਤੁਸੀਂ। ਹਾਂ ਔਰ ਸਭ ਤੋਂ ਜ਼ਿਆਦਾ ਮੈਂ ਸ਼ੁਕਰੀਆ ਅਦਾ ਕਰਦਾ ਇਹ ਵਾਏ ਚਾਏ PIA ਰੋਡ 'ਤੇ ਅਸੀਂ ਇਸ ਟਾਈਮ ਬੈਠੇ ਹਾਂ ਵਾਏ ਚਾਏ ਦੇ ਦਫ਼ਤਰ ਲੈ ਮਤਲਬ ਕੈਫੇ ਔਰ ਬੈਠੇ ਔਰ ਮੈਂ ਖਾਸ ਤੌਰ 'ਤੇ ਜਿਹੜੇ ਇਹਨਾਂ ਦੀ ਇੰਤਜ਼ਾਮੀਆ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ, ਐਡਾ ਅੱਛਾ ਖਾਣਾ ਖਿਲਾਇਆ, ਚਾਹੇ ਹਾਲੇ ਸਾਡਾ ਵੇਟ ਕਰ ਰਹੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਸਾਨੂੰ ਦੁਆਵਾਂ 'ਚ ਯਾਦ ਰੱਖਣਾ ਔਰ ਕੋਸ਼ਿਸ਼ ਕਰਾਂਗਾ ਕਿ 1-1.5-2 ਮਹੀਨੇ ਬਾਅਦ ਫਿਰ ਇਸ ਤਰ੍ਹਾਂ ਦੋ ਤਿੰਨ ਸ਼ਹਿਰਾਂ ਦੇ ਜਿਹੜੇ ਅਸੀਂ ਆਪਣੇ ਆਪਸ ਦੇ ਵਿੱਚ ਨਾ ਸਾਡੀ ਮੁਹੱਬਤ ਵਧੇ ਅਤੇ ਇਜਾਜ਼ਤ ਦਿਓ ਕੋਈ ਹੋਰ। ਬੜੀ ਮਿਹਰਬਾਨੀ, ਬਸ ਇਹਦਾ ਜ਼ਹਿਨੀ ਇਲਾਜ ਕਰਾ ਜੀ ਕਰਾ ਲਿਆ ਫਿਰ ਤੁਸੀਂ ਹੱਸਣਾ ਨਹੀਂ। ਜ਼ਹਿਨੀ ਇਲਾਜ ਹੀ ਆ ਯਾਰਾ, ਜ਼ਹਿਨੀ ਇਲਾਜ ਕਰਾ ਕੇ ਲਿਆਉਣਾ ਤਾਂ ਕੇਕ ਪਤਾ ਚੇਂਜ ਕੱਟਦਾ ਜੀ ਏਦਾਂ ਤੂੰ ਮੈਂ ਮਾਰ। ਬਹੁਤ ਸ਼ੁਕਰੀਆ ਨਾਜ਼ਰੀਨ, ਬਟ ਨੇ ਕੁੱਤਾ ਲੈ ਲਿਆ ਤੇ ਉੱਤੇ ਲਿਖਾ ਲਿਆ ਬੇਵਫਾ। ਅੱਲਾ ਹਾਫਿਜ਼।